हेलो एंड वेलकम टू रेस अकैडमी ऑफिशियल। सत श्री अकाल सर, नमस्ते अदाब। सो एक्साइज इंस्पैक्टर के पेपर के भी थोड़े दिन रह चुके हैं, सो मैं काफ़ी सारे मैसेज आ रहे कि सर स्ट्रैटेजी प्लैन प्रैपरेशन दसो, तो मैं हूँ तुहाडी तैयारी दे विच होर ज़्यादा, यानी तुसीं ऐ कह लो भी एक सुपरफास्ट तैयारी वास्ते, रिविजन वास्ते किस तरीके नाल तुसीं कित्थों कित्थों किहड़े किहड़े चैनल तो वधिया वधिया चीज़ां ਲੈ ਸਕਦੇ ਹੋ, ਪੜ੍ਹ ਸਕਦੇ ਹੋ। ਰੇਸ ਅਕੈਡਮੀ ਅਫੀਸ਼ੀਅਲ ਤੁਹਾਨੂੰ ਦੱਸਣ ਜਾ ਰਹੀ ਹੈ, ਯਾਨੀ ਕਿ ਮੈਂ। ਮੇਰਾ ਨਾਮ ਫਨਕਾਰ ਅਤੇ ਰੇਸ ਅਕੈਡਮੀ 'ਚ ਤੁਹਾਡਾ ਸਵਾਗਤ ਹੈ। ਜੇਕਰ ਤੁਸੀਂ ਰੇਸ ਅਕੈਡਮੀ ਅਫੀਸ਼ੀਅਲ 'ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਨਾਲ ਦੱਬਿਆ ਕਰੋ ਬੈੱਲ ਆਈਕਨ, ਤਾਂ ਕਿ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨੋਟੀਫਿਕੇਸ਼ਨਸ ਮਿਲ ਸਕਣ। ਅਤੇ ਬਾਕੀ ਗੱਲ ਰਹੀ ਕਿ ਜੇਕਰ ਤੁਸੀਂ ਰੇਸ ਅਕੈਡਮੀ ਟੈਲੀਗ੍ਰਾਮ ਗਰੁੱਪ ਜੁਆਇਨ ਨਹੀਂ ਕੀਤਾ ਤਾਂ ਕਰ ਲਓ ਭਾਈ, ਉੱਥੇ ਨੋਟੀਫਿਕੇਸ਼ਨਸ ਮਿਲਦੀਆਂ ਰਹਿੰਦੀਆਂ। ਜੇ ਤੁਸੀਂ ਐਪਲੀਕੇਸ਼ਨ ਇੰਸਟਾਲ ਨਹੀਂ ਕੀਤੀ ਤਾਂ ਐਪਲੀਕੇਸ਼ਨ ਕਰੋ ਇੰਸਟਾਲ, ਤੁਹਾਨੂੰ ਉੱਥੇ ਵੀ ਨੋਟੀਫਿਕੇਸ਼ਨਾਂ ਮਿਲਦੀਆਂ ਰਹਿਣਗੀਆਂ। ਅਤੇ ਬਹੁਤ ਸਾਰੇ ਕੋਰਸ ਵਗੈਰਾ ਉੱਥੇ ਆਲਰੇਡੀ ਚੱਲ ਰਹੇ ਆ। ਚਲੋ ਖੈਰ, ਤਾਂ ਹੁਣ ਆਪਾਂ ਐਕਸਾਈਜ਼ ਇੰਸਪੈਕਟਰ, ਇੰਡਸਟਰੀਅਲ ਪ੍ਰਮੋਸ਼ਨ ਡਿਵੈਲਪਮੈਂਟ ਆਫਿਸਰ, ਅਤੇ ਜਾਂ ਫਿਰ ਤੁਹਾਡਾ ਜਿਹੜਾ ਬਲੌਕ ਆਫਿਸਰ ਆ, ਬੇਸਿਕਲੀ ਇਹਨਾਂ ਦੀ ਤਿਆਰੀ ਯਾਨੀ ਇਹਨਾਂ ਦੀ ਰਿਵੀਜ਼ਨ ਤੁਸੀਂ ਕਿਵੇਂ ਕਰ ਸਕਦੇ ਹੋ ਇੰਨੇ ਘੱਟ ਟਾਈਮ ਦੇ ਵਿੱਚ। ਬਿਲਕੁਲ ਪਹਿਲਾਂ ਹੀ ਦੱਸ ਦਿੰਦਾ ਕਿ ਇਹ ਕੋਈ ਤਰੀਕਾ ਨਹੀਂ ਹੋ ਸਕਦਾ ਕਿ ਮੈਂ ਤੁਹਾਨੂੰ ਇੱਕ ਵੀਡੀਓ ਆਹ ਬਣਾਈ ਅਤੇ ਤੁਸੀਂ ਇਹਨਾਂ ਦੇ ਨਾਲ ਹੀ ਤਿਆਰੀ ਕਰ ਲਓਗੇ। ਪਹਿਲਾਂ ਤਾਂ ਤੁਹਾਡੀ ਤਿਆਰੀ ਹੋਣੀ ਹੀ ਚਾਹੀਦੀ ਆ, ਬਸ ਤੁਸੀਂ ਉਸ ਤਿਆਰੀ ਦੇ ਵਿੱਚ ਪਲੱਸ ਪੁਆਇੰਟ ਕਿਵੇਂ ਕਰਨਾ, ਸੋਨੇ ਅਤੇ ਸੁਹਾਗੇ ਵਾਲੀ ਗੱਲ ਕਿਵੇਂ ਕਰਨੀ ਆ, ਉਹਨਾਂ ਬਾਰੇ ਆਪਾਂ ਚਰਚਾ ਕਰਾਂਗੇ। ਅਤੇ ਬਿਲਕੁਲ ਇਹ ਫ੍ਰੀ ਲੈਕਚਰਾਂ ਦੀ ਹੀ ਗੱਲ ਕਰੂੰਗਾ, ਕਿਸੇ ਵੀ ਪੇਡ ਕੰਟੈਂਟ ਦਾ ਮੈਂ ਕੋਈ ਵੀ ਇੱਥੇ ਪ੍ਰਮੋਸ਼ਨ ਨਹੀਂ ਕਰਨਾ ਹੈ। ਈਵਨ ਕਿ ਮੈਂ ਆਪਣੇ ਚੈਨਲ ਦੀ ਵੀ ਗੱਲ ਨਹੀਂ ਕਰੂੰਗਾ, ਆਸੇ ਪਾਸੇ ਜੋ ਵਧੀਆ ਵਧੀਆ ਥਾਵਾਂ 'ਤੇ ਮਟੀਰੀਅਲ ਪਿਆ ਮੈਂ ਉਹਨਾਂ ਦੀ ਵੀ ਗੱਲ ਕਰੂੰਗਾ। ਜਿਵੇਂ ਕਿ ਸਭ ਤੋਂ ਪਹਿਲਾਂ ਆਪਾਂ ਉਹਨਾਂ ਸਬਜੈਕਟਾਂ ਦੀ ਹੀ ਗੱਲ ਕਰਦੇ ਹਾਂ ਜਿਹੜੇ ਕਿ ਬੜੇ ਜਵਾਕ ਭੁੱਲ ਜਾਂਦੇ ਆ, ਬਾਕੀਆਂ ਚੀਜ਼ਾਂ ਕਨੀ ਜ਼ਿਆਦਾ ਮਗਰ ਪੈ ਜਾਂਦੇ ਅਤੇ ਇਹਨਾਂ ਚੀਜ਼ਾਂ ਨੂੰ ਭੁੱਲ ਜਾਂਦੇ ਆ, ਜਿਵੇਂ ਕਿ ਤੁਹਾਡਾ ਕੰਪਿਊਟਰ ਹੋ ਗਿਆ, ਜਿਵੇਂ ਕਿ ਤੁਹਾਡੀ ਪੰਜਾਬੀ ਹੋ ਗਈ, ਅਤੇ ਜਿਵੇਂ ਤੁਹਾਡਾ ਹੋ ਗਿਆ ਜੀ ਇੰਗਲਿਸ਼, ਰਾਈਟ। ਹੁਣ ਇਹ ਇਹਨਾਂ ਸਬਜੈਕਟਾਂ ਨੂੰ ਪੜ੍ਹਨਾ ਬਹੁਤ ਜ਼ਿਆਦਾ ਜ਼ਰੂਰੀ ਆ, ਕਿਉਂਕਿ ਇਹ ਸਬਜੈਕਟ ਐਂ ਮੰਨ ਲਓ ਵੀ ਜੇ ਸੌਖਾ ਆ ਜਾਵੇ ਤਾਂ ਉਸ ਤੋਂ ਬਾਅਦ ਵੀ ਜਵਾਕ ਇਹਨੂੰ ਕਰਕੇ ਨਹੀਂ ਆਉਂਦੇ, ਕਾਰਨ ਕਿਉਂਕਿ ਜੇ ਪੜ੍ਹਿਆ ਨਹੀਂ ਤਾਂ ਸੌਖਾ ਵੀ ਨਹੀਂ ਹੁੰਦਾ, ਰਾਈਟ। ਔਖਾ ਆ ਜਾਵੇ ਤਾਂ ਚਲੋ ਇਹਦੇ ਵਿੱਚ ਜਵਾਕ ਸਾਰੇ ਹੀ ਔਖੇ ਹੋ ਜਾਂਦੇ ਆ, ਪਰ ਜੇ ਸੌਖਾ ਜੇ ਉਸ ਤੋਂ ਬਾਅਦ ਵੀ ਨਾ ਹੋਵੇ ਤਾਂ ਮਾੜੀ ਗੱਲ ਆ। ਯਾਨੀ ਕੰਪਿਊਟਰ ਨੂੰ ਤਾਂ ਬਹੁਤ ਸਟੂਡੈਂਟ ਆ ਜਿਹੜੇ ਇਗਨੋਰ ਕਰ ਦਿੰਦੇ ਆ, ਅਤੇ ਮੈਨੂੰ ਲੱਗਦਾ ਨਹੀਂ ਵੀ ਕੰਪਿਊਟਰ ਹੁਣ ਇਸ ਟਾਈਮ 'ਤੇ ਤੁਹਾਨੂੰ ਇਗਨੋਰ ਕਰਨਾ ਚਾਹੀਦਾ ਗਾ। ਬਿਲਕੁਲ, ਜੇਕਰ ਤੁਸੀਂ ਹੁਣ ਤੱਕ ਕੰਪਿਊਟਰ ਨਹੀਂ ਵੀ ਪੜ੍ਹਿਆ ਤਾਂ ਇੱਕ ਸੋਰਸ ਤੁਹਾਨੂੰ ਮੈਂ ਐਸਾ ਦੱਸੂੰਗਾ ਜਿੱਥੇ ਕੰਪਿਊਟਰ ਦਾ ਕੁਐਸਚਨ ਰੁਕੂਗਾ ਨਹੀਂ, ਐਂ ਕਹਿ ਲਓ ਵੀ ਭੱਜੂਗਾ ਤੁਹਾਡੇ ਅੱਗੇ ਅੱਗੇ, ਤੁਹਾਨੂੰ ਪਤਾ ਲੱਗੂਗਾ ਕਿ ਹਾਂ ਜਿਹੜੀ ਸਟਰੈਟਜੀ ਦੱਸੀ ਸੀਗੀ ਉਸ ਸਟਰੈਟਜੀ ਦੇ ਨਾਲ ਸਾਨੂੰ ਫਾਇਦਾ ਜ਼ਰੂਰ ਹੋਇਆਗਾ। ਹਾਲਾਂਕਿ ਕੰਪਿਊਟਰ ਜਿੱਥੋਂ ਤੁਸੀਂ ਪੜ੍ਹ ਰਹੇ ਹੋ ਮੈਨੂੰ ਪਤਾ ਤੁਸੀਂ ਉੱਥੋਂ ਹੀ ਪੜ੍ਹਦੇ ਹੋਗੇ, ਬਟ ਹਜੇ ਵੀ ਕਾਫੀ ਸਟੂਡੈਂਟ ਆ ਜਿਹੜੇ ਕਿ ਭਟਕੇ ਹੋਏ ਆ, ਜਿਨ੍ਹਾਂ ਨੂੰ ਕੰਪਿਊਟਰ ਬਾਰੇ ਨਹੀਂ ਪਤਾ। ਤਾਂ ਮੈਂ ਸਭ ਤੋਂ ਪਹਿਲਾਂ ਗੱਲ ਕਰੂੰਗਾ ਕੰਪਿਊਟਰ ਦੀ ਹੀ। ਤਾਂ ਕੰਪਿਊਟਰ ਤੁਸੀਂ ਜੇ ਪੜ੍ਹਨਾ ਗਾ ਤਾਂ ਪੜ੍ਹਨਾ ਤੁਸੀਂ ਹੈਗਾ ਪੋਜ਼ੀਟਿਵ ਵਾਈਵਸ ਪੰਜਾਬ ਤੋਂ। ਪੋਜ਼ੀਟਿਵ ਵਾਈਵ ਪੰਜਾਬ ਬੇਸਿਕਲੀ ਇਹ ਇੱਕ ਯੂਟਿਊਬ ਚੈਨਲ ਹੀ ਹੈ, ਰਾਈਟ। ਯੂਟਿਊਬ ਚੈਨਲ ਹੀ ਹੈ, ਜੇਕਰ ਤੁਸੀਂ ਇੱਥੇ ਜਾਓਗੇ ਤਾਂ ਤੁਹਾਨੂੰ ਕੰਪਿਊਟਰ ਦੇ ਮੈਰਾਥਨ ਕਲਾਸਿਸ ਮਿਲ ਜਾਣਗੀਆਂ, ਪ੍ਰੋਫੈਸਰ ਬਲਜਿੰਦਰ ਸਿੰਘ। ਹੁਣ ਜੇਕਰ ਤੁਸੀਂ ਆਪਣੀ ਅਕੈਡਮੀ ਦੀ ਹੀ ਗੱਲ ਕਰੋ, ਪਟਵਾਰੀ ਹੋ ਗਿਆ ਜਾਂ ਐਕਸਾਈਜ਼ ਇੰਸਪੈਕਟਰ ਹੋ ਗਿਆ ਜਾਂ ਜਿੰਨੇ ਵੀ ਜਿਹੜੇ ਕੋਰਸ ਚੱਲ ਰਹੇ ਸੀ ਪਹਿਲਾਂ, ਤਾਂ ਉੱਥੇ ਬਲਜਿੰਦਰ ਸਰ ਨੇ ਹੀ ਪੜ੍ਹਾਇਆ ਗਾ। ਯਕੀਨ ਮੰਨੋ, ਇਹਨਾਂ ਦਾ ਜੋ ਪੜ੍ਹਾਇਆ ਕੰਪਿਊਟਰ ਦਾ ਅਤੇ ਜਿੰਨੇ ਵੀ ਹੁਣ ਤੱਕ ਪੇਪਰ ਹੋ ਗਏ, ਇੱਕ ਵੀ ਕੁਐਸਚਨ ਉਹਦੇ ਵਿੱਚੋਂ ਨਹੀਂ ਬਾਹਰ ਆਇਆ, ਇਹ ਗਰੰਟੀ ਨਾਲ ਮੈਂ ਕਹਿ ਸਕਦਾ ਗਾ। ਅਤੇ ਬਾਕੀ ਵਿਦ ਪਰੂਫ ਇਹਨਾਂ ਦੇ ਤੁਸੀਂ ਜਾ ਕੇ ਚੈਨਲ 'ਤੇ ਹੀ ਦੇਖ ਸਕਦੇ ਹੋ। ਹੁਣ ਕੀ ਇਹਨਾਂ ਨੇ ਐਕਸਾਈਜ਼ ਵਾਸਤੇ ਸਪੈਸੀਫਿਕ ਕੋਈ ਮੈਗਾ ਸੈਸ਼ਨ ਬਣਾਇਆ? ਹਜੇ ਤੱਕ ਤਾਂ ਮੈਨੂੰ ਲੱਗਦਾ ਸ਼ਾਇਦ ਨਹੀਂ ਬਣਾਇਆ ਹੋਊਗਾ, ਕਿਉਂਕਿ ਪੇਪਰ ਦੇ ਨੇੜੇ ਆ ਕੇ ਬਣਾਉਣਗੇ। ਬਾਕੀ ਮੈਂ ਪਰਸਨਲੀ ਇਹਨਾਂ ਨੂੰ ਕਹਿ ਵੀ ਦਊਂਗਾ। ਰੇਸ ਅਕੈਡਮੀ ਦਾ ਹੀ ਇੱਕ ਦੂਸਰਾ ਚੈਨਲ ਹੈ, ਬਸ ਤੁਸੀਂ ਇਹ ਮੰਨ ਲਓ, ਯਕੀਨ ਕਰਕੇ ਤੁਸੀਂ ਇਸ ਚੈਨਲ 'ਤੇ ਜਾਓ ਅਤੇ ਕੰਪਿਊਟਰ ਦੀਆਂ ਕਲਾਸਾਂ ਲਾ ਲਓ, ਜਿਹੜੀਆਂ ਪਟਵਾਰੀ ਵੇਲੇ ਲੱਗੀਆਂ ਹੋਈਆਂ ਤੁਸੀਂ ਉਹੀ ਲਾ ਲਓ, ਤਾਂ ਮੈਨੂੰ ਨਹੀਂ ਲੱਗਦਾ ਤੁਹਾਡਾ ਕੁਐਸਚਨ ਕੋਈ ਵੀ ਰੁਕੂਗਾ। ਮੈਂ ਗੱਲ ਕਰ ਰਿਹਾ ਮੈਗਾ ਸੈਸ਼ਨਸ ਦੀ, ਬਿਲਕੁਲ ਠੀਕ ਆ। ਬਹੁਤ ਸਾਰੀਆਂ ਵੀਡੀਓਜ਼ ਤੁਹਾਨੂੰ ਉੱਥੇ ਇਕੱਠੀਆਂ ਮਿਲ ਜਾਣਗੀਆਂ, ਤੁਸੀਂ ਹੋ ਸਕਦਾ ਐਂ ਵੀ ਤੁਹਾਨੂੰ ਲੱਗੇ ਕਿ ਹੁਣ ਇੰਨੀਆਂ ਵੀਡੀਓਜ਼ ਅਸੀਂ ਇੰਨੇ ਘੱਟ ਟਾਈਮ ਦੇ ਵਿੱਚ ਕਿਵੇਂ ਦੇਖੀਏ, ਪਰ ਮੈਂ ਕਹੂੰਗਾ ਕਿ ਤੁਸੀਂ ਮੈਗਾ ਸੈਸ਼ਨ ਦੇਖਣਾ ਗਾ, ਜਿਹੜਾ ਮੈਗਾ ਸੈਸ਼ਨ ਲੱਗਿਆ ਹੋਇਆ ਬਹੁਤ ਵਧੀਆ ਤਰੀਕੇ ਦੇ ਨਾਲ, ਪ੍ਰਿਸਾਈਜ਼ ਵੇ ਦੇ ਨਾਲ, ਐਕਸਪਲੇਨੇਸ਼ਨ ਦੇ ਨਾਲ, ਪੰਜਾਬੀ ਮੀਡੀਅਮ ਦੇ ਵਿੱਚ। ਪੰਜਾਬੀ ਮੀਡੀਅਮ ਵਾਲਿਆਂ ਨੂੰ ਖਾਸ ਕਰਕੇ ਮੈਂ ਕਹੂੰਗਾ ਕਿ ਤੁਹਾਨੂੰ ਚੈਨਲ ਇਹ ਨਿਰਾਸ਼ ਨਹੀਂ ਕਰੂਗਾ, ਐਂਡ ਯਕੀਨ ਮੰਨੋ ਕਿ ਤੁਹਾਡਾ ਕੰਪਿਊਟਰ ਦਾ ਕੋਈ ਵੀ ਕੁਐਸਚਨ ਰੁਕੂਗਾ ਨਹੀਂ, ਭੱਜੂਗਾ ਤੁਹਾਡੇ ਅੱਗੇ। ਕੰਪਿਊਟਰ ਚਾਹੇ ਔਖਾ ਜੀ ਚਾਹੇ ਸੌਖਾ ਜੀ, ਬਹੁਤ ਵਾਸਟ ਬਹੁਤ ਵਧੀਆ ਤਰੀਕੇ ਦੇ ਨਾਲ ਕਰਵਾਇਆ ਹੋਇਆ। ਮੈਂ ਰਿਵੀਜ਼ਨ ਦੀ ਗੱਲ ਕਰ ਰਿਹਾ ਹਾਂ, ਹਾਂ ਡਿਟੇਲ ਦੇ ਵਿੱਚ ਪੜ੍ਹਿਆ ਜੇ ਨਹੀਂ ਹੋਇਆ ਤਾਂ ਓਬਵੀਅਸਲੀ ਗੱਲ ਆ, ਤੁਹਾਨੂੰ ਪੜ੍ਹਨਾ ਚਾਹੀਦਾ ਸੀ ਜੇ ਹੁਣ ਤੱਕ ਨਹੀਂ ਪੜ੍ਹਿਆ, ਪਰ ਠੀਕ ਹੈ ਚਲੋ। ਫਿਰ ਵੀ ਜੇ ਨਹੀਂ ਵੀ ਪੜ੍ਹਿਆ, ਇੱਕ ਵਾਰੀ ਚੁੱਕ ਗਏ ਤਾਂ ਕੰਪਿਊਟਰ ਦਾ ਤੁਸੀਂ ਪੋਜ਼ਿਟਿਵ ਹੋਏ ਪੰਜਾਬ 'ਤੇ ਜਾਓ ਅਤੇ ਬਸ ਭੱਜਦਾ ਫਿਰੂਗਾ। ਬਾਕੀ ਮੈਂ ਸਰ ਨੂੰ ਪਰਸਨਲੀ ਵੀ ਕਹਿ ਦੂੰਗਾ, ਨਹੀਂ ਉਹਨਾਂ ਨੂੰ ਪਤਾ ਹੀ ਹੋਊਗਾ, ਰਾਈਟ। ਜੇ ਵੀਡੀਓ ਵੀ ਸੁਣ ਰਹੇ ਹੋਣਗੇ ਤਾਂ ਮੈਂ ਪਲੀਜ਼ ਉਹਨਾਂ ਨੂੰ ਵੀ ਕਹੂੰਗਾ ਕਿ ਪਲੀਜ਼ ਮੈਗਾ ਸੈਸ਼ਨ ਜ਼ਰੂਰ ਤੁਸੀਂ ਲਗਾ ਲੈਣਾ ਐਕਸਾਈਜ਼ ਵਾਸਤੇ, ਤਾਂ ਕਿ ਬੱਚਿਆਂ ਨੂੰ ਫਾਇਦਾ ਹੋ ਜਾਵੇ, ਕਿਉਂਕਿ ਬਾਕੀ ਪੇਪਰਾਂ ਦੇ ਵਿੱਚ ਤਾਂ ਫਾਇਦਾ ਹੋਇਆ ਹੀ ਹੋਇਆ, ਰਾਈਟ। ਅਤੇ ਬਾਕੀ ਉਹੀ ਗੱਲ ਆ ਕਿ ਹੁਣ ਪੰਜਾਬੀ ਇੰਗਲਿਸ਼ ਆ ਗਿਆ। ਪੰਜਾਬੀ ਇੰਗਲਿਸ਼ ਵਾਸਤੇ ਤਾਂ ਕੋਈ ਖਾਸ ਚੈਨਲ, ਖੈਰ ਜਿਹੜਾ ਪੰਜਾਬੀ ਵਾਸਤੇ ਤੁਸੀਂ ਕਹੋਗੇ ਕਿ ਚੈਨਲ
ਨਹੀਂ ਪੜ੍ਹੀ ਤਾਂ ਪਲੀਜ਼ ਮੈਂ ਇਹੀ ਰਿਕਮੈਂਡ ਕਰੂੰਗਾ ਪੰਜਾਬ ਬੋਰਡ ਦੀਆਂ ਕਿਤਾਬਾਂ 9ਵੀਂ 10ਵੀਂ ਪੜ੍ਹ ਲਓ ਅਤੇ ਜਾਂ ਫਿਰ ਨਰਿੰਦਰ ਸਿੰਘ ਦੁੱਗਲ ਦੀ ਕਿਤਾਬ ਹੈ ਜਿਹੜੀ ਕਿ ਤੁਸੀਂ ਉਹ ਪੜ੍ਹ ਸਕਦੇ ਹੋ ਜੇਕਰ ਤੁਹਾਡੇ ਕੋਲ ਪਈ ਆ ਰਾਈਟ ਆ ਕੋਈ ਬਹੁਤ ਜ਼ਿਆਦਾ ਵੱਡਾ ਪੰਜਾਬੀ ਸਬਜੈਕਟ ਨਹੀਂ ਹੈਗਾ ਸੋ ਪਲੀਜ਼ ਆਪਣੇ 5 ਜਾਂ 10 ਦਿਨ ਜਿਹੜੇ ਤੁਹਾਡੇ ਹੈਗੇ ਆ ਹੁਣ ਰਿਵੀਜ਼ਨ ਵਾਲੇ ਪਲੀਜ਼ ਇਹਨਾਂ ਦੇ ਵਿੱਚ ਖਾਸ ਕਰਕੇ ਤਕੜੇ ਤਕੜੇ ਤਰੀਕੇ ਦੇ ਨਾਲ ਅਖਾਣ ਮੁਹਾਵਰੇ ਵਗੈਰਾ ਜਿਹੜੇ ਹੈਗੇ ਆ ਕਿਉਂਕਿ ਵਿਆਕਰਨ ਵਾਲਾ ਪੋਰਸ਼ਨ ਮੈਨੂੰ ਲੱਗਦਾ ਵੀ ਸਾਰਿਆਂ ਦੇ ਯਾਦ ਹੋਊਗਾ ਜਾਂ ਫਿਰ ਤੁਸੀਂ ਇੱਕ ਚੀਜ਼ ਕਰਨੀ ਕਿ ਜਿੰਨੇ ਵੀ ਪ੍ਰੀਵੀਅਸ ਈਅਰ ਪੇਪਰ ਹੁਣ ਤੱਕ ਹੋ ਚੁੱਕਿਆ ਪ੍ਰੀਵੀਅਸ ਈਅਰ ਨਹੀਂ 2021 ਦੇ ਵਿੱਚ ਜਿੰਨੇ ਹੋ ਚੁੱਕਿਆ ਤੁਸੀਂ ਉਹਨਾਂ ਨੂੰ ਜ਼ਰੂਰ ਦੇਖ ਲੈਣਾ ਹੈ ਰਾਈਟ ਆ ਮੇਰੇ ਹਿਸਾਬ ਦੇ ਨਾਲ ਤੁਹਾਨੂੰ ਇਹ ਫਾਇਦਾ ਦਊਗਾ ਪੰਜਾਬੀ ਨੂੰ ਵੀ ਇਗਨੋਰ ਕਰਕੇ ਨਹੀਂ ਜਾਣਾ ਇਸ ਤੋਂ ਬਾਅਦ ਮੈਂ ਇੰਗਲਿਸ਼ ਦੀ ਗੱਲ ਕਰੂੰਗਾ ਤਾਂ ਇੰਗਲਿਸ਼ ਵਾਸਤੇ ਵੀ ਜਿਹੜੀਆਂ ਤੁਹਾਡੇ ਕੋਲ ਹੁਣ ਤੱਕ ਬੁੱਕਸ ਪਈਆਂ ਬਸ ਉਹਨਾਂ ਨੂੰ ਹੀ ਕਰਕੇ ਜਾਣਾ ਗਾ ਵਾਰ ਵਾਰ ਉਹਨਾਂ ਦੀ ਹੀ ਰਿਵੀਜ਼ਨ ਕਰਨੀ ਆ ਹਾਲਾਂਕਿ ਮੈਨੂੰ ਲੱਗਦਾ ਵੀ ਪੰਜਾਬੀ ਇੰਗਲਿਸ਼ ਇੰਨਾ ਜ਼ਿਆਦਾ ਇੱਥੇ ਸਕੋਰਿੰਗ ਸਬਜੈਕਟ ਨਹੀਂ ਹੈਗਾ ਪਰ ਇਹ ਨਹੀਂ ਹੈਗਾ ਕਿ ਇਹਨੂੰ ਤੁਸੀਂ ਇਗਨੋਰ ਕਰ ਜਾਓਗੇ ਰਾਈਟ ਆ ਤਾਂ ਇੰਗਲਿਸ਼ ਦੀ ਕੋਈ ਵੀ ਕਿਤਾਬ ਤੁਹਾਡੇ ਕੋਲ ਹੈਗੀ ਆ ਅਤੇ ਮੈਨੂੰ ਜੋ ਪਰਸਨਲੀ ਪੰਜਾਬ ਦੇ ਵਿੱਚ ਜੇਕਰ ਮੈਂ ਚੈਨਲ ਦੀ ਗੱਲ ਕਰਾਂ ਤਾਂ ਇਲੈਕਟ੍ਰਿਕ ਇੰਗਲਿਸ਼ ਹੈ ਇਲੈਕਟ੍ਰਿਕ ਇੰਗਲਿਸ਼ ਪਿਊਸ਼ ਗੋਇਲ ਆ ਰਾਈਟ ਤਾਂ ਤੁਸੀਂ ਇਹਨਾਂ ਦੀ ਜਿਹੜੀ ਇੰਗਲਿਸ਼ ਦੀ ਮੈਗਾ ਸੈਸ਼ਨ ਦੀ ਕਲਾਸ ਹੈ ਉਹ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਫਾਇਦਾ ਮਿਲੂਗਾ ਗਰੰਟੀ ਮੈਂ ਦੇ ਰਿਹਾ ਹਾਂ ਰਾਈਟ ਯਾਨੀ ਇੰਗਲਿਸ਼ ਇਹਨਾਂ ਦਾ ਬਹੁਤ ਵਧੀਆ ਸਬਜੈਕਟ ਹੈ ਅਤੇ ਬਹੁਤ ਵਾਸਟ ਹੈ ਮੈਂ ਪਹਿਲਾਂ ਹੀ ਦੱਸ ਰਿਹਾ ਹਾਂ ਠੀਕ ਹੈ ਆਲਰੇਡੀ ਨੋਨ ਦੇ ਵਿੱਚ ਹੀ ਆ ਰਾਈਟ ਸੋ ਇਲੈਕਟ੍ਰਿਕ ਇੰਗਲਿਸ਼ ਦੇ ਵਿੱਚ ਜਾਓਗੇ ਤਾਂ ਤੁਹਾਨੂੰ ਇੰਗਲਿਸ਼ ਮੈਂ ਦੇਖੋ ਇੱਕ ਗੱਲ ਹੋਰ ਕਹਿਣੀ ਚਾਹੁੰਦਾਗਾ ਦੇਖੋ ਸਿੱਧੀ ਜੀ ਗੱਲ ਆ ਜਦੋਂ ਮੈਂ ਸਾਫ਼ ਸਾਫ਼ ਇਹਨਾਂ ਚੈਨਲਾਂ ਦਾ ਨਾਮ ਲੈ ਰਿਹਾ ਹਾਂ ਤਾਂ ਕੋਈ ਤਾਂ ਗੱਲ ਹੋਊਗੀ ਇਹਨਾਂ ਦੇ ਵਿੱਚ ਰਾਈਟ ਆ ਪਰ ਇੱਕੋ ਚੀਜ਼ ਮੈਂ ਤੁਹਾਨੂੰ ਕਹੂੰਗਾ ਕਿ ਮੈਂ ਹੋਰ ਇਹਨਾਂ ਚੈਨਲ 'ਤੇ ਕਿਸੇ ਵੀ ਸਬਜੈਕਟ ਦੀ ਕੋਈ ਗਰੰਟੀ ਨਹੀਂ ਲੈ ਰਿਹਾ ਇਹ ਮੈਂ ਪਹਿਲਾਂ ਸਾਫ਼ ਸਾਫ਼ ਕਹਿੰਦਾ ਮੈਂ ਕਿਉਂਕਿ ਸਿੱਧੀ ਜੀ ਗੱਲ ਆ ਕੋਈ ਮੈਂ ਪੇਡ ਪ੍ਰਮੋਸ਼ਨ ਤਾਂ ਇੱਥੇ ਕਰ ਨਹੀਂ ਰਿਹਾ ਰਾਈਟ ਬਿਲਕੁਲ ਫ੍ਰੀ ਲੈਕਚਰਾਂ ਦੀ ਹੀ ਗੱਲ ਕਰ ਰਿਹਾ ਹਾਂ ਜੇ ਇਹਨਾਂ ਚੈਨਲਾਂ 'ਤੇ ਤੁਹਾਨੂੰ ਹੋਰ ਸਬਜੈਕਟ ਮਿਲਦੇ ਆ ਮੇਰੀ ਉਹਨਾਂ ਦੀ ਕੋਈ ਗਰੰਟੀ ਨਹੀਂ ਕਿਉਂਕਿ ਮੈਂ ਉਹਨਾਂ ਨੂੰ ਪਰਸਨਲੀ ਨਹੀਂ ਦੇਖਿਆ ਹੋਇਆ ਆਹ ਪਰਸਨਲੀ ਓਬਵੀਅਸਲੀ ਗੱਲ ਆਪਣੀ ਅਕੈਡਮੀ 'ਤੇ ਵੀ ਪੜ੍ਹਾਇਆ ਹੋਇਆ ਰਾਈਟ ਅਤੇ ਪਰਸਨਲੀ ਮੈਂ ਜਾਣਦਾ ਇਲੈਕਟ੍ਰਿਕ ਇੰਗਲਿਸ਼ ਇੰਗਲਿਸ਼ ਸਬਜੈਕਟ ਪਰਸਨਲੀ ਮੈਂ ਜਾਣਦਾ ਤਾਂ ਇਸੇ ਕਰਕੇ ਮੈਂ ਇਹਨਾਂ ਸਬਜੈਕਟਸ ਨੂੰ ਹੀ ਕਹਿ ਰਿਹਾ ਹਾਂ ਕਿ ਇਹਨਾਂ ਸਬਜੈਕਟ ਦੀ ਗਰੰਟੀ ਹੈ ਬਾਕੀ ਤਾਂ ਜੇ ਹੋਰ ਵੀਡੀਓਜ਼ ਤੁਹਾਨੂੰ ਮਿਲਦੀਆਂ ਤਾਂ ਤੁਹਾਨੂੰ ਲੱਗਦਾ ਫਾਇਦਾ ਤਾਂ ਤੁਸੀਂ ਓਬਵੀਅਸਲੀ ਉਹਨਾਂ ਚੀਜ਼ਾਂ ਦਾ ਫਾਇਦਾ ਲੈ ਸਕਦੇ ਹੋ ਪਰ ਜੋ ਚੀਜ਼ਾਂ ਸਹੀ ਆ ਅਤੇ ਮੈਨੂੰ ਪਤਾ ਕਿ ਉਹ ਤੁਹਾਨੂੰ ਫਾਇਦਾ ਦੇਣਗੀਆਂ ਮੇਰਾ ਮੰਤਵ ਸਿਰਫ ਇੱਕ ਹੀ ਆ ਕਿ ਤੁਹਾਨੂੰ ਫਾਇਦਾ ਮਿਲੇ ਕੋਈ ਚੱਕਰ ਨਹੀਂ ਹੈਗਾ ਜਿੱਥੇ ਜਾ ਕੇ ਮਰਜ਼ੀ ਪੜ੍ਹ ਲਓ ਓਕੇ ਆ ਰਾਈਟ ਸੋ ਇਲੈਕਟ੍ਰਿਕ ਇੰਗਲਿਸ਼ ਇੱਥੇ ਯਾਨੀ ਕਿ ਤੁਸੀਂ ਇੰਗਲਿਸ਼ ਦੇਖ ਸਕਦੇ ਹੋ ਅਤੇ ਬਾਕੀ ਇਹਨਾਂ ਦੀ PYQ ਯਾਨੀ ਪ੍ਰੀਵੀਅਸ ਈਅਰ ਕੁਐਸਚਨ ਦੀ ਇੱਕ ਬੁੱਕ ਵੀ ਆਉਂਦੀ ਆ ਹਾਲਾਂਕਿ ਉੱਥੇ 2021 ਦੇ ਪੇਪਰ ਨਹੀਂ ਹੈਗੇ 2020 ਤੱਕ ਹੈ ਜੇ ਤੁਸੀਂ ਉਹ ਕਰਨਾ ਚਾਹੁੰਦੇ ਤਾਂ ਉਹ ਵੀ ਯਾਨੀ ਕਿ ਮੈਨੂੰ ਪਤਾ ਕਿ ਜੋ ਕੰਟੈਂਟ ਇੱਥੇ ਹੈਗਾ ਉਹ ਵਧੀਆ ਗਾ ਇੰਗਲਿਸ਼ ਦਾ ਖਾਸ ਕਰਕੇ ਮੈਂ ਕਹੂੰਗਾ ਪੰਜਾਬੀ ਦੀ 9ਵੀਂ 10ਵੀਂ ਦੀ ਗ੍ਰਾਮਰ ਹੈ ਜਾਂ ਦੁੱਗਲ ਸਾਹਿਬ ਦੀ ਬੁੱਕ ਲੈ ਸਕਦੇ ਹੋ ਤਾਂ ਜਿਹੜਾ ਕੰਪਿਊਟਰ ਹੈ ਪੋਜ਼ਿਟਿਵ ਵਾਈ ਪੰਜਾਬ ਚੁੱਪ ਕਰਕੇ ਚਲੇ ਜਾਓ ਅਤੇ ਇਹਨਾਂ ਕਿਉਂਕਿ ਸਬਜੈਕਟਾਂ ਦੇ ਸਕੋਰ ਬਹੁਤ ਜ਼ਿਆਦਾ ਨਹੀਂ ਹੈਗੇ ਪਰ ਇੰਨਾ ਕੁ ਸਕੋਰ ਤਾਂ ਹੈਗਾ ਵੀ ਜੇ ਇਹਨਾਂ ਦੇ ਵਿੱਚੋਂ ਤੁਸੀਂ ਘੱਟ ਨੰਬਰ ਲੈ ਜਾਓ ਤਾਂ ਤੁਸੀਂ ਮੈਰਿਟ ਦੇ ਵਿੱਚ ਮਾਰ ਖਾ ਜਾਓਗੇ ਇਹ ਮੈਂ ਗਰੰਟੀ ਜ਼ਰੂਰ ਲੈ ਸਕਦਾ ਅਤੇ ਬਹੁਤ ਘੱਟ ਟਾਈਮ ਦੇ ਵਿੱਚ ਚੀਜ਼ਾਂ ਤਿਆਰ ਵੀ ਹੋ ਸਕਦੀਆਂ ਬਸ ਐਂ ਕਹਿ ਲਓ ਵੀ ਤੁਹਾਨੂੰ ਵੱਧ ਤੋਂ ਵੱਧ ਪਤਾ ਕਿੰਨੇ ਦਿਨ ਲੱਗਣਗੇ ਜੇ ਤੁਸੀਂ ਇਹਨਾਂ ਦੀਆਂ ਮੈਗਾ ਸੈਸ਼ਨ ਦੀਆਂ ਵੀਡੀਓ ਲਗਾ ਲਈਆਂ ਤਾਂ ਵੱਧ ਤੋਂ ਵੱਧ ਮੇਰੇ ਹਿਸਾਬ ਦੇ ਨਾਲ ਤੁਹਾਨੂੰ 3 ਜਾਂ 4 ਦਿਨ ਹੀ ਲੱਗਣੇ ਚਾਹੀਦੇ ਆ ਇਸ ਤੋਂ ਉੱਤੇ ਨਹੀਂ ਰਿਵੀਜ਼ਨ ਵਾਸਤੇ ਨੈਕਸਟ ਹੁਣ ਆਪਾਂ ਗੱਲ ਕਰਦੇ ਹਾਂ ਭਾਈ GK ਦੀ ਤਾਂ GK ਦੇ ਵਿੱਚ ਜੋ ਮੇਨ ਚੀਜ਼ਾਂ ਇੰਪੋਰਟੈਂਟ ਬਣਦੀਆਂ ਉਹ ਤੁਹਾਡੀ ਬਣਦੀ ਆ ਪੋਲੀਟੀ ਇਸ ਤੋਂ ਬਾਅਦ ਜੇਕਰ ਤੁਸੀਂ ਆਓਗੇ ਤਾਂ ਉਹ ਆ ਜਾਊਗੀ ਹਿਸਟਰੀ ਦੇ ਵਿੱਚ ਵੀ ਤੁਹਾਡੀ ਇੰਡੀਅਨ ਹਿਸਟਰੀ ਆ ਅਤੇ ਰਾਈਟ 'ਤੇ ਇੱਕ ਤੁਹਾਡੀ ਆ ਗਈ ਭਾਈ ਜਿਹੜੀ ਹੈਗੀ ਆ ਪੰਜਾਬ ਹਿਸਟਰੀ ਰਾਈਟ ਹੋ ਗਿਆ ਪੰਜਾਬ ਆਰਟ ਐਂਡ ਕਲਚਰ ਵੀ ਇਹਦੇ ਵਿੱਚ ਹੀ ਗਿਣ ਲਓ ਚਲੋ ਠੀਕ ਹੈ ਹਿਸਟਰੀ ਦੇ ਵਿੱਚ ਹੀ ਗਿਣ ਲਓ ਹਾਲਾਂਕਿ ਹਿਸਟਰੀ ਦਾ ਸਬਜੈਕਟ ਨਹੀਂ ਆਰਟ ਐਂਡ ਕਲਚਰ ਅੱਡ ਹੀ ਹੁੰਦਾ ਪਰ ਮੈਂ ਪੰਜਾਬ GK ਨੂੰ ਇੱਥੇ ਗਿਣ ਰਿਹਾ ਹਾਂ ਰਾਈਟ ਆ ਪੰਜਾਬ GK ਹੀ ਕਹਿ ਲਓ ਰਾਈਟ ਹੋ ਗਿਆ ਇਸ ਤੋਂ ਬਾਅਦ ਜੇਕਰ ਮੈਂ ਗੱਲ ਕਰਾਂ ਪੋਲੀਟੀ ਹਿਸਟਰੀ 'ਤੇ ਇਸ ਤੋਂ ਬਾਅਦ ਜਿਹੜਾ ਤੁਹਾਡਾ ਪੋਰਸ਼ਨ ਹੋਰ ਜ਼ਿਆਦਾ ਇੰਪੋਰਟੈਂਟ ਬਣਦਾ ਗਾ ਉਹ ਬਣੂਗਾ ਕਰੰਟ ਅਫੇਅਰ ਅਤੇ ਚੌਥੇ ਨੰਬਰ 'ਤੇ ਜਿਹੜਾ ਹੈਗਾ ਤੁਹਾਡਾ ਸਟੈਟਿਕ GK ਰਾਈਟ ਹੁਣ ਸਭ ਤੋਂ ਪਹਿਲਾਂ ਤਾਂ ਮੈਂ ਸਟੈਟਿਕ GK ਦੀ ਹੀ ਗੱਲ ਕਰ ਲੈਣਾ ਸਟੈਟਿਕ GK ਦਾ ਪਟਵਾਰੀ ਤੋਂ ਪਹਿਲਾਂ ਮੈਂ ਇੱਕ 21 ਦਿਨਾਂ ਦਾ ਕੋਰਸ ਚਲਾਇਆ ਸੀ ਯਕੀਨ ਮੰਨੋ ਕਿ ਚਲਾਇਆ ਮੈਂ ਪਟਵਾਰੀ ਵਾਸਤੇ ਸੀਗਾ ਪਰ ਉਹ ਚੱਲ ਸਾਰੇ ਪੇਪਰਾਂ ਦੇ ਵਿੱਚ ਹੀ ਗਿਆ ਰਾਈਟ ਆ ਯਾਨੀ ਸਟੈਟਿਕ ਪੋਰਸ਼ਨ ਇੱਕ ਇਹੋ ਜਿਹਾ ਪੋਰਸ਼ਨ ਹੁੰਦਾ ਜਿਹੜਾ ਹਰ ਪੇਪਰ ਦੇ ਵਿੱਚ ਹੀ ਕੰਮ ਆਉਂਦਾ ਹੁਣ ਇੱਕ ਚੀਜ਼ ਮੈਂ ਤੁਹਾਨੂੰ ਦੱਸਣ ਜਾ ਰਿਹਾ ਕਿ ਟਾਈਮ ਬਹੁਤ ਜ਼ਿਆਦਾ ਥੋੜ੍ਹਾ ਗਾ ਐਕਸਾਈਜ਼ ਦੀ ਟੈਸਟ ਸੀਰੀਜ਼ ਵੀ ਮੈਂ ਇਸੇ ਕਰਕੇ ਲਾਂਚ ਨਹੀਂ ਕੀਤੀ ਕਿ ਕੁਆਂਟਿਟੀ ਨਹੀਂ ਕੁਆਲਿਟੀ ਹੋਣੀ ਚਾਹੀਦੀ ਆ ਕੁਆਲਿਟੀ ਮੈਂ ਉਹਨੂੰ ਹਟਾ ਨਹੀਂ ਸਕਦਾ ਸੋ ਇਸ ਕਰਕੇ ਮੈਂ ਟੈਸਟ ਸੀਰੀਜ਼ ਨਾ ਲਿਆਉਣਾ ਹੀ ਸਮਝਿਆ ਕਿਉਂਕਿ ਟਾਈਮ ਦੀ ਕਮੀ ਆ ਪਹਿਲਾਂ ਫੈਮਿਲੀ ਪ੍ਰੋਬਲਮ ਦੀ ਤੁਹਾਨੂੰ ਪਤਾ ਆ ਗਈ ਸੀਗੀ ਉਸ ਕਰਕੇ ਉਸ ਮਾਇੰਡ ਸੈੱਟ ਦੇ ਨਾਲ ਉਹ ਟੈਸਟ ਸੀਰੀਜ਼ ਬਣ ਹੀ ਨਹੀਂ ਸਕਦੀ ਰਾਈਟ ਆ ਅਤੇ ਟੈਸਟ ਸੀਰੀਜ਼ ਬਣਾਊਗਾ ਕਿਉਂਕਿ ਪਹਿਲਾਂ ਹੀ ਆਲਰੇਡੀ ਨਵਾਂ ਸਬਜੈਕਟ ਆ ਉਹਦੇ ਵਿੱਚ ਟੈਕਸੇਸ਼ਨ ਅਤੇ ਇੰਡਸਟਰੀਅਲ ਪ੍ਰਮੋਸ਼ਨ ਹੁਣ ਉਹਦੇ ਵਾਸਤੇ ਨਵੇਂ ਕੁਐਸਚਨ ਬਣਾਉਣੇ ਪੈਣਗੇ ਉਹਦੇ ਵਾਸਤੇ ਰੈਡੀ ਹੋਣਾ ਪਊਗਾ ਦਿਮਾਗ ਨੂੰ ਅਤੇ ਦਿਮਾਗ ਰੈਡੀ ਨਹੀਂ ਹੈਗਾ ਆਲਰੇਡੀ ਮੈਂ ਰਿਵੀਜ਼ਨ ਕਲਾਸਾਂ ਲਈ ਜਾਂਦਾ ਗਾ ਰਾਈਟ ਆ ਬਹੁਤ ਸਾਰੀਆਂ ਸੋ ਜਦੋਂ ਟਾਈਮ ਹੀ ਹੈ ਨਹੀਂ ਗਾ ਤਾਂ ਮੈਨੂੰ ਨਹੀਂ ਲੱਗਦਾ ਵੀ
ਯਾਨੀ ਕਿ ਜਿਹੜੀ ਇਮਾਨਦਾਰੀ ਦਿਖਾਊਂਗਾ ਤਾਂ ਬੇਈਮਾਨੀ ਹੋਊਗੀ ਰਾਈਟ ਆ ਸੋ ਹਾਂ ਮੈਂ ਇਹ ਜ਼ਰੂਰ ਕਰ ਲੂੰਗਾ ਜਿਵੇਂ ਪਟਵਾਰੀ ਪ੍ਰੀ ਵੇਲੇ ਵੀ ਮੇਰੇ ਕੋਲ ਟਾਈਮ ਨਹੀਂ ਸੀਗਾ ਤਾਂ ਉਦੋਂ ਵੀ ਮੈਂ ਫੁੱਲ ਮੌਕ ਟੈਸਟ ਸੀਰੀਜ਼ ਨਹੀਂ ਚਲਾਈ ਸੀਗੀ ਤਾਂ ਉਦੋਂ ਮੈਂ ਕੀ ਕੀਤਾ ਸੀਗਾ ਕਿ ਸੰਡੇ ਨੂੰ ਲਾਈਵ ਟੈਸਟ ਰੱਖ ਲਿਆ ਸੀਗਾ ਅਤੇ ਬਿਲਕੁਲ ਇਸੇ ਤਰੀਕੇ ਦੇ ਨਾਲ ਤੁਹਾਡਾ ਐਕਸਾਈਜ਼ ਇੰਸਪੈਕਟਰ ਫੁੱਲ ਮੌਕ ਟੈਸਟ ਮੈਂ ਸੰਡੇ ਨੂੰ ਰੱਖ ਲੂੰਗਾ ਪੇਪਰ ਤੋਂ ਪਹਿਲਾਂ ਮੈਂ ਦੋ ਤਿੰਨ ਪੇਪਰ ਜ਼ਰੂਰ ਲੈ ਲੂੰਗਾ ਫ੍ਰੀ ਆਫ ਕਾਸਟ ਤੁਸੀਂ ਉਹ ਪੇਪਰ ਦੇ ਕੇ ਜਾਓਗੇ ਡੈਫੀਨੇਟਲੀ ਤੁਹਾਨੂੰ ਫਾਇਦਾ ਮਿਲੂਗਾ ਜਿਵੇਂ ਕਿ ਹੁਣ ਤੱਕ ਹਰੇਕ ਪੇਪਰ ਦੇ ਵਿੱਚ ਫਾਇਦਾ ਮਿਲਿਆ ਹੀ ਮਿਲਿਆ ਰਾਈਟ ਤਾਂ ਚਲੋ ਆਪਾਂ ਜੀਕੇ ਦੀ ਗੱਲ ਕਰ ਰਹੇ ਹਾਂ ਤਾਂ ਜੀਕੇ ਦੇ ਵਿੱਚ ਤੁਹਾਡਾ ਸਟੈਟਿਕ ਜੀਕੇ ਆ ਹੁਣ ਦੇਖੋ ਭਾਈ ਸਿੱਧੀ ਜੀ ਗੱਲ ਹੈ ਟਾਈਮ ਥੋੜ੍ਹਾ ਗਾ ਮੈਨੂੰ ਵੀ ਪਤਾ ਕਿ ਬਹੁਤ ਵੈਲੀ ਹੁੰਦੀ ਹੈ ਜਦੋਂ ਕੋਈ ਬੁੱਕ ਬਣਾਉਂਦਾ ਗਾ ਮੇਰੀਆਂ ਵੀ ਬੁੱਕਸ ਆ ਜਿਹੜੀਆਂ ਆਲਰੇਡੀ ਤੁਹਾਨੂੰ ਪਤਾ ਕਿ ਪੰਜ ਜਾਂ ਪੰਜ ਨਹੀਂ ਆਲਰੇਡੀ ਹੁਣ ਤਾਂ ਚਲੋ ਜ਼ਿਆਦਾ ਰੱਬ ਦੀ ਮਿਹਰ ਨਾਲ ਸੱਤ ਅੱਠ ਕਿਤਾਬਾਂ ਮੈਂ ਬਣਾਤੀਆਂ ਠੀਕ ਹੈ ਪਹਿਲਾਂ ਬੜਾ ਮੈਂ ਇੱਕ ਦਿਨ ਹੋਰ ਚੀਜ਼ ਦੱਸ ਦਾਂਗਾ ਮੋਟੀਵੇਟ ਕਰਨ ਵਾਸਤੇ ਦੇਖੋ ਸਿੱਧੀ ਜੀ ਗੱਲ ਆ ਜਦੋਂ ਮੈਂ ਪਹਿਲੀ ਬੁੱਕ ਬਣਾਉਣੀ ਸੀ ਨਾ ਪਹਿਲੀ ਬੁੱਕ ਨੂੰ ਟਾਈਮ ਲੱਗਿਆ ਤੁਸੀਂ ਐਂ ਮੰਨ ਲਓ 4-5 ਸਾਲ ਲੱਗ ਗਏ ਮੈਂ 4-5 ਸਾਲ ਦੇ ਵਿੱਚੋਂ ਵੀ ਜਿਹੜੇ ਮੂਹਰਲੇ 3 ਸਾਲ ਸੀ ਉਹ ਸੋਚਦਾ ਹੀ ਸੀ ਯਾਨੀ ਮੰਨ ਲਓ ਕਿਸੇ ਦਿਨ ਮੈਂ ਵਾਈਟ ਪੇਪਰ ਚੱਕਿਆ ਕੋਈ ਮੰਨ ਲਓ ਕੋਈ ਸੋਚਿਆ ਵੀ ਐਵੇਂ ਬਣਾ ਸਕਦੇ ਐਵੇਂ ਬਣਾ ਸਕਦੇ ਸਟਰੈਟਜੀ ਯਾਨੀ ਪਹਿਲੇ 3 ਸਾਲ ਸਟਰੈਟਜੀ ਹੀ ਬਣੀ ਗਈ ਜਦੋਂ ਐਂ ਕਹਿ ਲਓ ਵੀ ਬਣਨ ਲੱਗਦੀ ਸੀਗੀ ਤਾਂ ਬੜਾ ਮੱਥਾ ਮਾਰਨਾ ਪੈਂਦਾ ਸੀਗਾ ਕਿਉਂਕਿ ਕਿਸੇ ਜਿਹਨੂੰ ਕਹਿੰਦੇ ਹੁੰਦੇ ਵੀ ਦਿਖਾਉਣ ਜਾਂਦੇ ਸੀਗੇ ਵੀ ਆਹ ਸਾਡਾ ਸੈਂਪਲ ਹੈ ਇੱਕ ਤਰੀਕੇ ਦਾ ਉਹ ਕੋਈ ਨਾ ਕੋਈ ਗਲਤੀ ਕਰ ਦਿੰਦਾ ਸੀਗਾ ਡੀਮੋਟੀਵੇਟ ਜਾਂ ਕਰ ਦਿੰਦਾ ਸੀ ਵੀ ਯਾਰ ਆਹ ਗੱਲਬਾਤ ਕੀ ਆ ਤਾਂ ਤੁਸੀਂ ਯਕੀਨ ਮੰਨੋ ਵੀ ਪਹਿਲੇ 4 ਸਾਲ ਪਹਿਲੇ 3 ਸਾਲ ਆ ਜਿਹੜੇ ਉਹ ਆਈ ਲੰਘ ਗਏ ਠੀਕ ਹੈ ਉਸ ਤੋਂ ਬਾਅਦ ਜਦੋਂ ਬਣੀਆਂ ਤਾਂ ਇਕੱਠੀਆਂ 7 ਬਣਾਤੀਆਂ ਪਰ ਉਹੀ ਗੱਲ ਵੀ ਇੱਕ ਵਾਰੀ ਰੁੜਨ ਦੀ ਦੇਰ ਹੁੰਦੀ ਹੈ ਜਦੋਂ ਤੁਸੀਂ ਮਾੜਾ ਜਿਹਾ ਰੁੜ ਪਏ ਤਾਂ ਉਸ ਤੋਂ ਬਾਅਦ ਭੱਜਣਾ ਹੁੰਦਾ ਬਸ ਉਹ ਤੁਹਾਡੀ ਹਿੰਮਤ ਹੈ ਕਿ ਤੁਸੀਂ ਕਿੰਨਾ ਭੱਜੋਗੇ ਰਾਈਟ ਆ ਸੋ ਇਹ ਇੱਕ ਡ੍ਰੀਮ ਸੀਗਾ ਕਿ ਮੇਰੀ ਇੱਕ ਸਿੰਗਲ ਬੁੱਕ ਹੋਵੇ ਪਰ ਉਹੀ ਗੱਲ ਆ ਵੀ ਹੁਣ 7 ਵੀ ਆ ਗਿਆ ਤੇ ਹੁਣ ਡ੍ਰੀਮ ਹੈ PCS ਦਾ ਕਿ PCS ਦੀ ਬੁੱਕ ਬਣਾਊਂਗਾ ਬੜਾ ਦਿਮਾਗ ਲੱਗੂਗਾ ਤੇ ਬੜਾ ਬਹੁਤ ਵਧੀਆ ਤਰੀਕੇ ਦੇ ਨਾਲ ਉਹ ਚੀਜ਼ ਬਣ ਵੀ ਰਹੀ ਆ ਰਾਈਟ ਤੇ ਤੁਸੀਂ ਬਖੂਬੀ ਢੰਗ ਦੇ ਨਾਲ ਹਾਂ ਇੱਕ ਪੰਜਾਬੀ ਮੀਡੀਅਮ ਦੀ ਕਮੀ ਆ ਕਿ ਸਾਰੀਆਂ ਕਿਤਾਬਾਂ ਆਪਣੀ ਇੰਗਲਿਸ਼ ਮੀਡੀਅਮ ਦੇ ਵਿੱਚ ਆ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬੀ ਮੀਡੀਅਮ ਦੇ ਵਿੱਚ ਵੀ ਆਉਣਗੀਆਂ ਯਕੀਨ ਮੰਨੋ ਰਾਈਟ ਹੋਗਾ ਤਾਂ ਆਪਾਂ ਸਟੈਟਿਕ ਜੀਕੇ ਦੀ ਗੱਲ ਕਰਦੇ ਹਾਂ ਤੁਹਾਨੂੰ ਸਟੈਟ ਬੁੱਕ ਦੀ ਗੱਲ ਚੱਲੀ ਸੀ ਤਾਂ ਸਟੈਟਿਕ ਜੀਕੇ ਦੀ ਬੁੱਕ ਹਾਲਾਂਕਿ ਤੁਹਾਡੇ ਕੋਲ ਲੂਸ਼ੈਂਟ ਵੀ ਪਈ ਹੋ ਹਾਲਾਂਕਿ ਤੁਹਾਡੇ ਕੋਲ ਬਹੁਤ ਸਾਰੀਆਂ ਕਿਤਾਬਾਂ ਪਈਆਂ ਹੋਣਗੀਆਂ ਸਟੈਟਿਕ ਜੀਕੇ ਦੀ ਇੱਕ ਆਪਣੇ ਕੋਲ ਬੁੱਕ ਪਈ ਆ ਸਟੈਟਿਕ ਜੀਕੇ ਯੂਨੀਵਰਸ ਰਾਈਟ ਹੁਣ ਤੁਸੀਂ ਕਹੋਗੇ ਆ ਗਏ ਨਾ ਪੇਡ ਤੇ ਪੇਡ ਕਰਤਾ ਨਾ ਨਹੀਂ ਭਾਈ ਪੇਡ ਨਹੀਂ ਕਰ ਰਿਹਾ ਮੈਂ ਆਪਦੀ ਬੁੱਕ ਤੁਹਾਨੂੰ ਫ੍ਰੀ ਹੀ ਦੇ ਰਿਹਾਗਾ ਰਾਈਟ ਮੈਂ ਕੀ ਕਰਦਾ ਇਸ ਬੁੱਕ ਦੇ ਵਿੱਚੋਂ ਪੋਰਸ਼ਨ ਕੱਟ ਦਿੰਦਾ ਯਾਨੀ ਇਹਦੇ ਵਿੱਚ 7-8 ਚੈਪਟਰ ਹੈ ਰਾਈਟ ਜਿਹੜੇ ਆਖਰੀ 4th, 5th, 6th ਚੈਪਟਰ ਹੈ ਇਹ ਬਿਲਕੁਲ ਸਟੈਟਿਕ ਜਨਰਲ ਨੌਲੇਜ 'ਤੇ ਹੀ ਬੇਸਡ ਆ ਉਹਦੇ ਵਿੱਚ ਤੁਹਾਨੂੰ ਜਿਵੇਂ ਕਹਿੰਦੇ ਹੁੰਦੇ ਟੇਬਲ ਕੰਟੈਂਟ ਵੀ ਮਿਲ ਜੂਗਾ ਵਨ ਲਾਈਨਰ ਵੀ ਮਿਲ ਜਾਣਗੇ ਟਾਈਟਲ ਵਾਈਜ਼ ਸਾਰਾ ਕੁਝ ਮਿਲੂਗਾ ਬਹੁਤ ਹੀ ਤਕੜੀ ਤਰੀਕੇ ਦੇ ਨਾਲ ਇਹ ਬੁੱਕ ਬਣਾਈ ਗਈ ਆ ਇਹਨੂੰ ਮੈਂ ਬੁੱਕ ਨੂੰ ਨਾਮ ਦਿੱਤਾ ਸੀਗਾ ਮਾਸਟਰਪੀਸ ਰਾਈਟ ਬਹੁਤ ਸਾਰਿਆਂ ਨੇ ਇਹ ਬੁੱਕ ਲਈ ਵੀ ਆ ਪਰ ਫਿਲਹਾਲ ਪੇਪਰ ਦੇ ਟਾਈਮ 'ਤੇ ਮੈਨੂੰ ਪਤਾ ਕਿ ਆਲਰੇਡੀ ਬਹੁਤ ਸਾਰੇ ਸਟੂਡੈਂਟ ਨੇ ਬਹੁਤ ਸਾਰੇ ਕੋਰਸ ਖਰੀਦ ਰੱਖੇ ਹੁੰਦੇ ਆ ਘਰ ਦੇ ਵੀ ਅਲਾਓ ਨਹੀਂ ਕਰਦੇ ਰਾਈਟ ਸੋ ਜੇਕਰ ਤੁਹਾਨੂੰ ਇਹ ਬੁੱਕ ਫਾਇਦਾ ਦੇ ਕੇ ਗਈ ਪਹਿਲੀ ਗੱਲ ਤਾਂ ਜੇਕਰ ਨਹੀਂ ਮੈਂ ਗਰੰਟੀ ਦਿੰਦਾ ਕਿ ਤੁਹਾਨੂੰ ਫਾਇਦਾ ਦੇ ਕੇ ਜਾਊਗੀ ਪਰ ਪੜ੍ਹਿਓ ਉਹੀ ਜਿਹਨੇ ਪਹਿਲਾਂ ਨਹੀਂ ਪੜ੍ਹਿਆ ਹੁਣ ਤੱਕ ਜੇ ਤੁਸੀਂ ਲੂਸ਼ੈਂਟ ਤੋਂ ਪੜ੍ਹ ਰਹੇ ਹੋ ਜੇ ਤੁਸੀਂ ਅਰਿਹੰਤ ਤੋਂ ਪੜ੍ਹ ਰਹੇ ਹੋ ਤਾਂ ਮੈਂ ਪਹਿਲਾਂ ਕਹੂੰਗਾ ਕਿ ਪਲੀਜ਼ ਇੱਕ ਬੁੱਕ ਨੂੰ ਹੀ ਫੋਲੋ ਕਰਨਾ ਵਾਰ ਵਾਰ ਅਲੱਗ ਅਲੱਗ ਕਿਤਾਬਾਂ ਤੋਂ ਇਸ ਟਾਈਮ 'ਤੇ ਪੜ੍ਹਨਾ ਤੁਹਾਡੇ ਵਾਸਤੇ ਫਿਜੀਬਲ ਨਹੀਂ ਹੈਗਾ ਹਾਂ ਅੱਗੇ ਕੋਈ ਪੇਪਰ ਆ ਗਿਆ ਸੇਵ ਕਰਕੇ ਰੱਖ ਲਓ ਫਾਈਲ ਫਿਰ ਭਾਵੇਂ ਪੜ੍ਹ ਲਿਓ ਪਰ ਫਿਲਹਾਲ ਆਪਾਂ ਰਿਵੀਜ਼ਨ ਦੀ ਗੱਲ ਕਰ ਰਹੇ ਹਾਂ ਸੋ ਨਵੀਂ ਕਿਤਾਬ ਤਾਂ ਕੋਈ ਚੱਕਣੀ ਨਹੀਂ ਜਿਹੜੀ ਤੁਹਾਡੇ ਕੋਲ ਆਲਰੇਡੀ ਹੈਗੀ ਆ ਪਲੀਜ਼ ਉਸੇ ਨੂੰ ਹੀ ਪੜ੍ਹਨਾ ਗਾ ਰਾਈਟ ਜੇ ਤਾਂ ਤੁਹਾਡੇ ਕੋਲ ਬੁੱਕ ਹੈਗੀ ਆ ਤਾਂ ਵੈਲ ਐਂਡ ਗੁੱਡ ਆ ਜੇ ਨਹੀਂ ਹੈਗੀ ਤਾਂ ਟੈਲੀਗ੍ਰਾਮ ਕਰੋ ਜੁਆਇਨ ਐਪਲੀਕੇਸ਼ਨ ਵੀ ਇੰਸਟਾਲ ਕਰ ਲਓ ਤੁਹਾਨੂੰ ਉੱਥੇ ਵੀ ਮੈਂ ਸਟੈਟਿਕ ਜੀਕੇ ਦੀ ਜਿਹੜੀ ਬੁੱਕ ਪਾਉਣ ਜਾ ਰਿਹਾ 4th, 5th ਚੈਪਟਰ ਜਿਹੜਾ 4th, 5th, 6th ਚੈਪਟਰ ਜਿਹੜਾ ਮੈਂ ਇਹੀ ਪਾਊਂਗਾ ਸਾਰੀ ਬੁੱਕ ਤਾਂ ਨਹੀਂ ਮੈਂ ਪਾਉਂਦਾ ਕਿਉਂਕਿ ਇਦੋਂ ਪਹਿਲਾਂ ਤੁਹਾਡੇ ਵਾਸਤੇ ਕੋਈ ਫਾਇਦਾ ਨਹੀਂ ਹੈਗਾ ਉਹਦੇ ਵਿੱਚ ਬੈਂਕਿੰਗ ਅਵੇਅਰਨੈਸ ਆ ਜਾਂ ਇੰਸ਼ੋਰੈਂਸ ਵਗੈਰਾ ਜਾਂ ਹੋਰ ਚੀਜ਼ਾਂ ਹੈਗੀਆਂ ਰਾਈਟ ਹੈ ਸੋ ਕਹਿਣ ਦਾ ਮਤਲਬ ਜਿਹੜਾ ਤੁਹਾਡੇ ਵਾਸਤੇ ਇੰਪੋਰਟੈਂਟ ਹੈ ਮੈਂ ਉਹ ਚੈਪਟਰ ਪਾ ਦੂੰਗਾ ਬਹੁਤ ਜ਼ਿਆਦਾ ਬੈਨੀਫਿਸ਼ੀਅਲ ਆ ਆਪਦਾ ਪ੍ਰਿੰਟ ਵਗੈਰਾ ਕਢਾ ਲਿਓ ਅਤੇ ਬਸ ਤੁਸੀਂ ਐਂ ਕਹਿ ਲਓ ਵੀ ਚੱਕ ਦੋਗੇ ਫੱਟੇ ਸਟੈਟਿਕ ਜੀਕੇ ਦੇ ਵਿੱਚ ਹੁਣ ਆ ਜੋ ਕਰੰਟ ਅਫੇਅਰ ਦੀ ਗੱਲ ਦੇਖੋ ਭਾਈ ਕਰੰਟ ਅਫੇਅਰ ਦਾ ਵੀ ਸਾਰੇ ਆਪਣੇ ਕੋਲ ਮੈਗਜ਼ੀਨ ਹੈ ਮੈਗਜ਼ੀਨ ਵੀ ਹੁੰਦੇ ਆ ਪੇਡ ਰਾਈਟ ਆ ਅਤੇ ਮੈਂ ਮੈਗਜ਼ੀਨ ਜਦੋਂ ਵੀ ਪਤਾ ਨਹੀਂ ਮੈਨੂੰ ਕੀ ਚੱਕਰ ਆ ਮੈਂ ਬਣਾਇਆ ਤਾਂ ਇਹਨਾਂ ਚੀਜ਼ਾਂ ਨੂੰ ਪੇਡ ਵਾਸਤੇ ਸੀਗਾ ਕਿ ਮੈਂ ਆਲਰੇਡੀ ਇਹ ਪੇਡ ਦਊਂਗਾ ਪਰ ਇੰਨੇ ਜ਼ਿਆਦਾ ਕਮੈਂਟ ਆ ਜਾਂਦੇ ਆ ਇੰਨੇ ਜ਼ਿਆਦਾ ਮੈਸੇਜ ਆ ਜਾਂਦੇ ਵੀ ਨਾ ਹੀ ਨਹੀਂ ਹੁੰਦੀ ਰਾਈਟ ਆ ਵੀ ਚੱਲ ਸਰ ਦੇ ਦਿਓ ਸਰ ਲੈ ਨਹੀਂ ਸਕਦੇ ਫਲਾਨਾ ਤਿਉਂਕਿ ਜਦੋਂ ਮੈਨੂੰ ਐਂ ਹੁੰਦਾ ਵੀ ਜਦੋਂ ਮੈਂ ਇੱਕ ਨੂੰ ਫ੍ਰੀ ਦੇਤੀ ਤਾਂ ਉਹ ਮੈਨੂੰ ਐਂ ਲੱਗਣ ਲੱਗ ਜਾਂਦਾ ਵੀ ਇੱਕ ਨੂੰ ਫ੍ਰੀ ਦੇਤੀ ਤਾਂ ਯਾਰ ਬਾਕੀਆਂ ਦਾ ਕੀ ਕਸੂਰ ਆ ਰਾਈਟ ਆ ਸੋ ਕਹਿਣ ਦਾ ਮਤਲਬ ਮੈਂ ਬਾਕੀਆਂ ਨੂੰ ਵੀ ਦੇ ਦਿੰਦਾ ਤਾਂ ਕਰੰਟ ਅਫੇਅਰ ਦੇ ਜਿਹੜੇ ਮੈਗਜ਼ੀਨ ਆ ਟੈਲੀਗ੍ਰਾਮ 'ਤੇ ਮੈਂ ਆਲਰੇਡੀ ਸੈਂਡ ਕਰ ਵੀ ਰਿਹਾਗਾ ਸੈਂਡ ਕਰ ਵੀ ਦਿੱਤੇ ਜੇ ਤੁਹਾਨੂੰ ਚਾਹੀਦੇ ਵੀ ਤਾਂ ਤੁਸੀਂ ਟੈਲੀਗ੍ਰਾਮ ਕਰੋ ਜੁਆਇਨ ਉਹਦਾ ਲਿੰਕ ਵੀ ਹੈ ਜਾਂ ਟੈਲੀਗ੍ਰਾਮ 'ਤੇ ਜਾ ਕੇ ਵੈਸੇ ਹੀ ਸਰਚ ਕਰ ਲਓ ਅਤੇ ਤੁਸੀਂ ਕਰੰਟ ਅਫੇਅਰ ਆ ਜਿਹੜੇ ਮੈਗਜ਼ੀਨ ਲੈ ਸਕਦੇ ਹੋ ਰਾਈਟ ਮੈਗਜ਼ੀਨ ਹੁਣ ਇਹ ਕਿੱਥੋਂ ਤੱਕ ਹੈ ਤੁਸੀਂ ਐਂ ਮੰਨ ਲਓ ਵੀ ਅਗਸਤ ਸਤੰਬਰ ਦਾ ਲੇਟੈਸਟ ਆ ਜਿਹੜਾ ਆ ਚੁੱਕਿਆ ਮੈਂ
ਤਾਂ ਹੁਣ ਓਬਵੀਅਸਲੀ ਗੱਲ ਹੈ ਮੈਂ ਆਖਰੀ ਵਾਰ ਦੇ ਰਿਹਾ ਹਾਂ ਭਾਈ ਕਿ ਅਗਸਤ ਸਤੰਬਰ ਦਾ ਲੈ ਲਓ, ਇਦੋਂ ਬਾਅਦ ਮੈਂ ਪੇਡ ਹੀ ਦਊਂਗਾ, ਠੀਕ ਹੈ। ਚਲੋ ਮੈਂ ਇਸ ਤੋਂ ਬਾਅਦ ਪਹਿਲਾਂ ਜੂਨ ਜੁਲਾਈ ਦਾ ਵੀ ਦੇਤਾ, ਫਿਰ ਜੁਲਾਈ ਅਗਸਤ ਦਾ ਵੀ ਦੇਤਾ, ਹੁਣ ਅਗਸਤ ਸਤੰਬਰ ਦਾ ਵੀ ਮੈਂ ਦੇ ਰਿਹਾਗਾ, ਰਾਈਟ। ਸੋ ਇਹ ਚਾਰੇ ਮੈਗਜ਼ੀਨ ਆ ਜਿਹੜੇ ਇਸ ਤੋਂ ਪਹਿਲਾਂ 6 ਮਹੀਨੇ ਵਾਲਾ ਵੀ ਸੀਗਾ, ਜਿਹੜਾ ਦਸੰਬਰ ਤੋਂ ਲੈ ਕੇ ਮਈ ਤੱਕ ਸੀਗਾ, ਫਿਰ ਜੂਨ ਤੋਂ ਲੈ ਕੇ ਜੁਲਾਈ ਤੱਕ, ਜੁਲਾਈ ਅਗਸਤ ਅਗਸਤ ਸਤੰਬਰ। ਸੋ ਇਹਨਾਂ ਨੂੰ ਕਰੋ ਡਾਊਨਲੋਡ, ਇੱਥੋਂ ਕਰੰਟ ਫਿਰ ਕਰ ਲਓ, ਤੁਹਾਡਾ ਕਰੰਟ ਫਿਰ ਕੋਈ ਨਹੀਂ ਮਰੂਗਾ, ਇਹਦੇ ਵਿੱਚ ਵਨ ਲਾਈਨਰ ਵੀ ਆ, ਐਮ ਸੀ ਕਿਊ ਵੀ ਆ, ਸਾਰਾ ਕੁਛ ਹੀ ਆ, ਰਾਈਟ। ਕਰੰਟ ਫਿਰ ਵੀ ਤੁਹਾਡੇ ਹੋਰ ਨਿਬੜੇ, ਜੇ ਤੁਸੀਂ ਕਿਤੋਂ ਵੀ ਹੋਰ ਕਰੰਟ ਫਿਰ ਕਰ ਰਹੇ ਹੋ, ਕਿਸੇ ਵੀ ਮੈਗਜ਼ੀਨ ਤੋਂ ਕਰ ਰਹੇ ਹੋ, ਪਲੀਜ਼ ਉਹਨਾਂ 'ਤੇ ਹੀ ਫੋਕਸ ਕਰਨਾ, ਨਵੀਆਂ ਚੀਜ਼ਾਂ ਦੇ ਮਗਰ ਨਹੀਂ ਪੈਣਾ, ਮੈਂ ਇਹ ਵਾਰ ਵਾਰ ਬੋਲ ਰਿਹਾਗਾ, ਰਾਈਟ। ਹੋ ਗਿਆ, ਇਸ ਤੋਂ ਬਾਅਦ ਆ ਜਾਓ ਭਾਈ ਹੁਣ ਹਿਸਟਰੀ ਇੰਡੀਅਨ ਅਤੇ ਤੁਹਾਡੀ ਪੰਜਾਬ ਦੀ, ਰਾਈਟ, ਅਤੇ ਪੋਲਿਟੀ ਆ ਗਈ। ਹੁਣ ਮੈਂ ਇਹਨਾਂ ਵਾਸਤੇ ਸਪੈਸ਼ਲ ਫੋਕਸ ਕਰੂੰਗਾ ਧਿਆਨ ਦੇ ਨਾਲ, ਰਾਈਟ। ਤਾਂ ਪੋਲਿਟੀ ਹੈ, ਪੋਲਿਟੀ ਦੇ ਭਾਈ ਮੈਂ 3 ਲੈਕਚਰ ਪਾਏ ਹੋਏ ਆ, 3 ਲੈਕਚਰ ਪਾਏ ਹੋਏ ਯੂਟਿਊਬ 'ਤੇ ਹੀ, ਯੂਟਿਊਬ 'ਤੇ 3 ਲੈਕਚਰ ਪਾਏ ਹੋਏ ਆ। ਤੁਸੀਂ ਪਲੇ ਲਿਸਟ ਦੇ ਵਿੱਚ ਜਾਣਾ, ਆਪਣੀ ਪਲੇ ਲਿਸਟ ਦੇ ਵਿੱਚ ਜਾਣਾ, ਤਾਂ ਉੱਥੇ ਤੁਹਾਨੂੰ ਪਹਿਲੇ ਜਾਂ ਦੂਸਰੇ ਨੰਬਰ 'ਤੇ ਪੋਲਿਟੀ ਦੇ ਲੈਕਚਰ ਮਿਲ ਜਾਣਗੇ, ਅਤੇ ਉਹ ਲੈਕਚਰ ਹੈਗੇ ਆ 3, ਰਾਈਟ। ਇੱਕ ਲੈਕਚਰ ਤਾਂ ਜਿਹੜਾ ਹੈਗਾ ਭਾਈ ਕੰਪਲੀਟ ਪੋਲਿਟੀ, ਕੰਪਲੀਟ ਪੋਲਿਟੀ ਵਿਦ ਐਮ ਸੀ ਕਿਊ, ਕੰਪਲੀਟ ਪੋਲਿਟੀ ਵਿਦ ਐਮ ਸੀ ਕਿਊ। ਇੱਕ ਤਾਂ ਤੁਸੀਂ ਇਹ ਕਰ ਲੈਣੀ ਆ, ਐਮ ਸੀ ਕਿਊ ਵਾਲਾ ਕਰ ਲੈਣਾ। ਸਭ ਤੋਂ ਪਹਿਲਾਂ ਕਿਹੜੀ ਦੇਖਣੀ ਆ, ਮੈਂ ਇਹ ਵੀ ਦੱਸਦਾ, ਸਭ ਤੋਂ ਪਹਿਲਾਂ ਕਿਹੜੀ ਦੇਖਣੀ ਆ, ਕੰਪਲੀਟ ਪੋਲਿਟੀ ਇਕੱਲੀ, ਜਿਹੜਾ ਥਰੈਟੀਕਲ ਪੋਰਸ਼ਨ ਹੈ, ਕੰਪਲੀਟ ਪੋਲਿਟੀ ਜਿਹੜਾ ਥਰੈਟੀਕਲ ਪੋਰਸ਼ਨ ਹੈ, ਬਹੁਤ ਹੀ ਵਧੀਆ ਤਰੀਕੇ ਦੇ ਨਾਲ ਕਰਾਈ ਹੋਈ ਆ। ਓਬਵੀਅਸਲੀ ਗੱਲ ਆ, ਹੁਣ ਓਨਾ ਤਾਂ ਨਹੀਂ ਹੋਣਾ ਜਿੰਨਾ ਮੈਂ ਪੇਡ ਕੋਰਸ ਦੇ ਵਿੱਚ ਕਰਾਇਆ ਹੋਇਆ, ਠੀਕ ਆ, ਨਹੀਂ ਤਾਂ ਸਾਰਾ ਕੁਝ ਇੱਥੋਂ ਹੀ ਹੋ ਜਾਵੇ, ਰਾਈਟ। ਪਰ ਹਾਂ, ਜਦੋਂ ਰਿਵੀਜ਼ਨ ਹੁੰਦੀ ਆ ਤਾਂ ਬੜਾ ਫਾਸਟ ਤਰੀਕੇ ਦੇ ਨਾਲ ਉਹਨਾਂ ਚੀਜ਼ਾਂ ਨੂੰ ਕੰਪਰਾਈਜ਼ ਕਰਕੇ ਹੋਰ ਵਧੀਆ ਤਰੀਕੇ ਦੇ ਨਾਲ ਸ਼ੋ ਕੀਤਾ ਜਾਂਦਾ ਵੀ ਹਾਂ ਤੁਸੀਂ ਇਹਨਾਂ ਚੀਜ਼ਾਂ ਤੋਂ ਇੰਨੀ ਫਾਸਟ ਰਿਵੀਜ਼ਨ ਕਰ ਵੀ ਸਕਦੇ ਹੋ। ਪਰ ਜੇ ਡਿਟੇਲ ਦੇ ਵਿੱਚ ਪੜ੍ਹਨਾ ਤਾਂ ਓਬਵੀਅਸਲੀ ਗੱਲ ਆ, ਤੁਹਾਨੂੰ ਐਪਲੀਕੇਸ਼ਨ ਦੇ ਵਿੱਚ ਜਾਣਾ ਪਊਗਾ, ਪੇਡ ਕੋਰਸ ਦੇ ਵਿੱਚ ਜਾਣਾ ਪਊਗਾ। ਪਰ ਫਿਲਹਾਲ ਮੈਨੂੰ ਨਹੀਂ ਲੱਗਦਾ ਉਹਨਾਂ ਦਾ ਤੁਹਾਨੂੰ ਫਾਇਦਾ ਹੋਊਗਾ, ਤਾਂ ਇਹਨਾਂ ਦਾ ਫਾਇਦਾ ਤੁਹਾਨੂੰ ਜ਼ਿਆਦਾ ਹੋਊਗਾ ਜੇਕਰ ਤੁਸੀਂ ਆਲਰੇਡੀ ਪਹਿਲਾਂ ਪੜ੍ਹਿਆ ਹੋਇਆ। ਤਾਂ ਕੰਪਲੀਟ ਪੋਲਿਟੀ ਆ ਜਿਹੜੀ, ਰਿਵੀਜ਼ਨ ਥਰੂ ਥਿਊਰੀ, ਥਿਊਰੀ ਜਿਹੜੀ ਪੜ੍ਹਨੀ ਆ ਤੁਸੀਂ ਇਹ ਪੜ੍ਹਨੀ ਆ। ਇੱਕ ਉਸ ਤੋਂ ਬਾਅਦ ਜਿਹੜੀ ਦੂਸਰੀ ਵੀਡੀਓ ਆ ਉਹ ਤੁਸੀਂ ਦੇਖਣੀ ਹੈ, ਕੰਪਲੀਟ ਪੋਲਿਟੀ ਵਿਦ ਆਰਟੀਕਲਸ, ਕੰਪਲੀਟ ਪੋਲਿਟੀ ਥਰੂ ਆਰਟੀਕਲਸ, ਪੋਲਿਟੀ ਥਰੂ ਆਰਟੀਕਲਸ, ਥਰੂ ਆਰਟੀਕਲਸ। ਇਹਦੇ ਵਿੱਚ ਆਰਟੀਕਲ ਹੋ ਗਏ ਤੁਹਾਡੇ, ਸ਼ਡਿਊਲ ਹੋ ਗਏ ਤੁਹਾਡੇ, ਜਾਂ ਤੁਹਾਡੇ ਜਿਹੜੇ ਪਾਰਟਸ ਹੋ ਗਏ, ਉਹ ਸਾਰਾ ਕੁਛ ਇੰਪੋਰਟੈਂਟ ਇੰਪੋਰਟੈਂਟ। ਯਕੀਨ ਮੰਨੋ ਕਿ ਜਿਹੜਾ ਜੇਲ੍ਹ ਵਾਰਡਨ ਆ ਜਾਂ ਇਸ ਤੋਂ ਪਹਿਲਾਂ ਜਿੰਨੇ ਵੀ ਪੇਪਰ ਹੋਏ ਆ, ਜਿਹੜੇ ਪੋਲਿਟੀ ਦੇ ਕੁਐਸਚਨ ਦੇ ਆਰਟੀਕਲ ਦੇ ਕੁਐਸਚਨ ਆਏ ਆ, ਠੀਕ ਹੈ, ਉਹ ਸਾਰੇ ਹੀ ਯਾਨੀ ਕਿ ਤੁਸੀਂ ਇਹਨਾਂ ਆਰਟੀਕਲਸ ਦੇ ਵਿੱਚੋਂ ਮੰਨ ਸਕਦੇ। ਈਵਨ ਕਿਹਾ ਪਰਸੋਂ ਚੌਥੀ ਇੱਕ ਪੇਪਰ ਹੋਇਆ ਗਾ, ਮੈਨੂੰ ਕਾਲ ਆਈ ਆ ਕਿ ਸਰ ਜੋ ਆਰਟੀਕਲ ਪੜ੍ਹ ਕੇ ਗਏ ਸੀ ਇੱਕ ਦਿਨ ਪਹਿਲਾਂ ਹੀ ਵੀਡੀਓ ਦੇਖੀ ਸੀਗੀ, ਸਾਰੇ ਐਜ਼ ਇਟ ਇਜ਼ ਆ ਗਏ। ਇੱਕ ਪਤਾ ਨਹੀਂ ਪੋਲਿਟੀ ਦੀ ਕਿਹੜੀ ਕਲਾਸ ਆ, ਮੈਨੂੰ ਮਿਲੀ ਨਹੀਂ ਹਜੇ ਤੱਕ, ਖੈਰ ਉਹ ਕਿਸੇ ਨੇ ਕਮੈਂਟ ਕਰ ਰੱਖਿਆ ਸੀਗਾ, ਮੈਂ ਉਹ ਉਸ ਟਾਈਮ 'ਤੇ ਸੇਵ ਨਹੀਂ ਕਰ ਸਕਿਆ। ਇੱਕ ਵੀਡੀਓ ਆ ਪੋਲਿਟੀ ਦੀ, ਸ਼ਾਇਦ ਉਹ ਐਮ ਸੀ ਕਿਊ ਸੈੱਟ, ਮੈਂ ਪਹਿਲਾਂ ਬਹੁਤ ਐਮ ਸੀ ਕਿਊ ਦੇ ਸੈੱਟ ਲਗਾਉਂਦਾ ਹੁੰਦਾ ਸੀਗਾ, ਸ਼ਾਇਦ ਉਹ ਐਮ ਸੀ ਕਿਊ ਪਤਾ ਨਹੀਂ 5ਵਾਂ ਸੈੱਟ ਆ, ਪਤਾ ਨਹੀਂ 6ਵਾਂ ਸੈੱਟ ਆ, ਮੈਨੂੰ ਨਹੀਂ ਪਤਾ। ਉਹਦੇ ਵਿੱਚ 100 ਕੁਐਸਚਨ ਆ ਪੋਲਿਟੀ ਦੇ, ਉਹ 100 ਕੁਐਸਚਨਾਂ ਦੇ ਵਿੱਚੋਂ ਸਾਰੇ ਕੁਐਸਚਨ ਆਏ ਹੋਏ ਆ, ਮਤਲਬ ਪੋਲਿਟੀ ਦੇ ਮੈਨੂੰ ਲੱਗਦਾ 7-8 ਕੁਐਸਚਨ ਪੇਪਰ ਦੇ ਵਿੱਚ ਆਏ ਸੀਗੇ, 100 ਕੁਐਸਚਨ ਤੋਂ 7-8 ਕੁਐਸਚਨ ਇੱਕੋ ਹੀ ਵੀਡੀਓ ਦੇ ਵਿੱਚ ਆ ਗਏ। ਯਾਨੀ ਜਿਹੜੇ ਬੰਦੇ ਨੇ ਉਹ ਵੀਡੀਓ ਦੇਖੀ ਸੀਗੀ ਉਹਨੇ ਉਸ ਵੀਡੀਓ 'ਤੇ ਕਮੈਂਟ ਕੀਤਾ ਸੀ ਕਿ ਸਰ ਇਸ ਵੀਡੀਓ ਦੇ ਵਿੱਚੋਂ ਸਾਰੇ ਕੁਐਸਚਨ ਆ ਗਏ। ਤਾਂ ਕੁਦਰਤੀ ਨਹੀਂ ਹੈਗਾ ਇਹ ਚੀਜ਼ਾਂ, ਬਸ ਇਹੀ ਆ ਕਿ ਉਸ ਨੂੰ ਜਿਹੜਾ ਹੈਗਾ ਜਿਵੇਂ ਕਹਿੰਦੇ ਹੁੰਦੇ ਆ ਵੀ ਜਿਵੇਂ ਕਹਿੰਦੇ ਹੁੰਦੇ ਔਰਗੇਨਾਈਜ਼ ਹੀ ਇਸ ਢੰਗ ਦੇ ਨਾਲ ਕੀਤਾ ਹੋਇਆ ਕਿ ਇੱਥੋਂ ਨਾ ਆਊ ਤਾਂ ਇੱਥੋਂ ਆਜੂ, ਇੱਥੋਂ ਨਾ ਆਊ ਤਾਂ ਇੱਥੋਂ ਆਜੂ, ਇੱਥੋਂ ਨਾ ਆਊ ਤਾਂ ਇੱਥੋਂ ਆਜੂ, ਤਾਂ ਰਹਿਣਾ ਹੀ ਕੁਛ ਨਹੀਂ, ਹੈ ਨਾ। ਆਪਾਂ ਆਰਟੀਕਲ ਦੇ ਥਰੂ ਵੀ ਪੋਲਿਟੀ ਕਰ ਲਈ ਤਾਂ ਇੱਥੋਂ ਵੀ ਤੁਸੀਂ ਆਰਟੀਕਲ ਵੀ ਪੜੋਗੇ, ਬਾਕੀ ਇੱਥੋਂ ਥੋੜ੍ਹਾ ਜਿਹਾ ਥਰੈਟੀਕਲ ਪੋਰਸ਼ਨ ਵੀ ਹੋਊਗਾ। ਐਮ ਸੀ ਕਿਊ ਦੇ ਵਿੱਚ ਐਮ ਸੀ ਕਿਊ ਤਾਂ ਪੜ੍ਹਨੇ ਪੜ੍ਹਨੇ, ਹੋਰ ਥਰੈਟੀਕਲ ਪੋਰਸ਼ਨ ਪੜੋਗੇ, ਅਤੇ ਥਰੈਟੀਕਲ ਪੋਰਸ਼ਨ ਦੇ ਵਿੱਚ ਤਾਂ ਓਬਵੀਅਸਲੀ ਗੱਲ ਆ ਤੁਸੀਂ ਥਰੈਟੀਕਲ ਪੋਰਸ਼ਨ ਪੜ੍ਹ ਲਿਓ। ਤਾਂ 3 ਵੀਡੀਓ ਤੁਸੀਂ ਦੇਖ ਕੇ ਜਾਣੀ ਆ, ਐਂ ਕਹਿ ਲਓ ਵੀ ਨਜ਼ਾਰਾ ਆ ਜਾਣਾ, ਗਰੰਟੀ ਮੈਂ ਦੇ ਰਿਹਾਗਾ, ਅਤੇ ਬਹੁਤ ਵਧੀਆ ਤਰੀਕੇ ਦੇ ਨਾਲ ਬਹੁਤ ਪ੍ਰਸਾਈਜ਼ ਵੇ ਦੇ ਨਾਲ ਸਾਰਾ ਕੁਝ ਪੜ੍ਹਾਇਆ ਹੋਇਆ। ਪੋਲਿਟੀ ਦੀ ਗੱਲ ਹੋ ਗਈ, ਹੁਣ ਆਪਾਂ ਗੱਲ ਕਰਦੇ ਹਾਂ ਜੀ ਪੰਜਾਬ ਜੀ ਕੇ ਦੀ, ਪੰਜਾਬ ਜੀ ਕੇ, ਪੰਜਾਬ ਜੀ ਕੇ, ਪੰਜਾਬ ਜੀ ਕੇ ਦਾ ਇੱਕ ਸੈੱਟ ਤਾਂ ਪਹਿਲਾਂ ਮੈਂ ਪਾਇਆ ਹੀ ਹੋਇਆ, ਜਿਹੜਾ ਕਿ ਬਹੁਤ ਹੀ ਜ਼ਬਰਦਸਤ ਆ। ਜਿਹਨੇ ਤਾਂ ਦੇਖਿਆ ਹੋਇਆ ਉਹ ਤਾਂ ਕਿਆ ਬਾਤ ਹੀ ਆ, ਮਤਲਬ ਉਹ ਤਾਂ ਕਹਿੰਦਾ ਵੀ ਕਿਆ ਬਾਤ, ਵੀ ਕੀ ਪੜ੍ਹਾਤਾ। ਓਬਵੀਅਸਲੀ ਗੱਲ ਹੈ, ਕਈ ਵਾਰੀ ਵੀਡੀਓ ਐਸੇ ਟਾਈਮ 'ਤੇ ਬਣ ਜਾਂਦੀ ਜਦੋਂ ਮਾਇੰਡ ਤੁਹਾਡਾ ਬਹੁਤ ਫਰੈਸ਼ ਹੁੰਦਾ, ਅਤੇ ਉਹ ਪਹਿਲਾ ਲੈਕਚਰ ਸੀਗਾ ਜਿਹੜਾ ਮੈਂ ਪੋਲਿਟੀ ਵਾਸਤੇ ਜਦੋਂ ਮੈਗਾ ਸੈਸ਼ਨ ਬਣਾਉਣ ਲੱਗਿਆ ਸੀਗਾ, ਤਾਂ ਉਹ ਬੜਾ ਮਾਇੰਡ ਫਰੈਸ਼ ਸੀਗਾ, ਅਤੇ ਬਹੁਤ ਹੀ ਤਗੜੇ ਤਰੀਕੇ ਦੇ ਨਾਲ ਉਹ ਵੀਡੀਓ ਬਣੀ ਆ। ਸਟੋਰੀ ਲਾਈਨ ਹੈ ਬਹੁਤ, ਇੱਕ ਤੁਸੀਂ ਜਿਵੇਂ ਫਿਲਮ ਦੇਖਦੇ ਹੁੰਦੇ ਹੋ ਪੰਜਾਬ ਜੀ ਕੇ ਐਵੇਂ ਆ, ਯਾਨੀ ਤੁਸੀਂ ਪੰਜਾਬ ਜੀ ਕੇ ਦਾ ਜਿਹੜਾ ਪਹਿਲਾ, ਜਾਂ ਤੁਸੀਂ ਕੰਪਲੀਟ ਪੰਜਾਬ ਜੀ ਕੇ ਲਿਖਦੇ ਹੋ, ਕੰਪਲੀਟ ਪੰਜਾਬ ਜੀ ਕੇ ਪਿੱਛੇ ਲਿਖਦੇ ਹੋ ਫਨਕਾਰ ਯਾਨੀ ਮੇਰਾ ਨਾਮ, ਰਾਈਟ, ਅਤੇ ਤੁਹਾਨੂੰ ਇਹ ਮਿਲ ਜੂਗੀ, ਜਾਂ ਫਿਰ ਰੇਸ ਅਕੈਡਮੀ ਲਿਖ ਦਿਓ, ਕੰਪਲੀਟ ਪੰਜਾਬ ਜੀ ਕੇ ਰੇਸ ਅਕੈਡਮੀ, ਤੁਹਾਨੂੰ ਵੀਡੀਓ ਮਿਲ ਜੂਗੀ। 3 ਜਾਂ 4 ਘੰਟੇ ਦੀ ਕਲਾਸ ਹੈ, ਬਸ ਐਂ ਕਹਿ ਲਓ ਵੀ ਉਹਨੂੰ ਦੇਖੋਗੇ ਤਾਂ ਤੁਸੀਂ ਐਂ ਦੇਖੋਗੇ ਵੀ ਜਿਵੇਂ ਜੇ 10 ਵਜੇ ਦੇਖਣ ਲੱਗੋਗੇ ਤੁਹਾਨੂੰ ਨੀਂਦ ਨਹੀਂ ਆਉਣੀ, ਤੁਹਾਨੂੰ ਐਂ ਲੱਗਣ ਲੱਗ ਜੂ ਵੀ ਕਿਆ ਬਾਤ ਆ, ਮੈਂ ਤਾਂ ਲੜੀ ਜਾਂਦਾ, ਲੜਾਈਆਂ ਲੜੀ ਜਾਂਦਾ, ਬਹੁਤ ਤਕੜੇ ਤਰੀਕੇ ਦੇ ਨਾਲ। ਯਾਨੀ ਇਹ
ਇਹ ਤੁਸੀਂ 3-4 ਘੰਟਿਆਂ ਦੀ ਹਿਸਟਰੀ ਹੈ ਜਿਹੜੀ ਇੱਥੋਂ ਖਤਮ ਕਰ ਸਕਦੇ ਹੋ। ਖਾਸ ਕਰਕੇ ਮੈਨੂੰ ਲੱਗਦਾ ਹੈ 1469 ਤੋਂ ਲੈ ਕੇ 1849 ਤੱਕ ਦੀ ਬਣਾਈ ਹੋਈ ਹੈ, ਰਾਈਟ ਹੈ। ਇਸ ਤੋਂ ਬਾਅਦ ਵਾਲੀ ਮੈਨੂੰ ਬੜੀ ਡਿਮਾਂਡਿੰਗ ਹੈ, ਪਰ ਉਹੀ ਗੱਲ ਹੈ ਵੀ ਟਾਈਮ ਕੱਢ ਕੇ ਹੀ ਉਹ 3-4 ਘੰਟੇ ਕੱਢਣੇ ਪੈਣਗੇ, ਇੰਨਾ ਟਾਈਮ ਹੀ ਨਹੀਂ ਹੁੰਦਾ ਕਿ ਉਹ ਦੂਸਰਾ ਸੈੱਟ ਬਣੇ, ਰਾਈਟ ਹੈ। ਉਹ ਦੂਸਰਾ ਸੈੱਟ ਬਣਾਊਂਗਾ ਤਾਂ 3-4 ਘੰਟੇ ਲੱਗਣਗੇ, ਤਾਂ ਐਕਸਾਈਜ਼ ਤੋਂ ਪਹਿਲਾਂ ਮੈਂ ਕੋਸ਼ਿਸ਼ ਕਰੂੰਗਾ ਕਿ ਦੂਸਰਾ ਸੈੱਟ ਵੀ ਤੁਹਾਡੇ ਸਾਹਮਣੇ ਪਾ ਦਾਂ। ਕੰਪਲੀਟ ਪੰਜਾਬ ਜੀ ਕੇ ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਇਹ ਦੇਖ ਸਕਦੇ ਹੋ, ਅਤੇ ਬਾਕੀ ਆਰਟ ਐਂਡ ਕਲਚਰ ਹੈ ਜਿਹੜਾ, ਓਬਵੀਅਸਲੀ ਗੱਲ ਹੈ, ਉਸੇ ਸੈਸ਼ਨ ਦੀ ਗੱਲ ਕਰ ਰਿਹਾ ਜਿਹੜਾ ਕਿ ਅੱਜ ਕੱਲ੍ਹ ਆਰਟ ਐਂਡ ਕਲਚਰ ਵੀ ਜ਼ਿਆਦਾ ਹੁੰਦਾ, ਅਤੇ ਮੈਂ ਉਹਦੇ 'ਤੇ ਵੀ ਮੈਗਾ ਸੈਸ਼ਨ ਜਲਦੀ ਹੀ ਲੈ ਕੇ ਆਊਂਗਾ। ਚਲੋ ਖੈਰ, ਤਾਂ ਹੁਣ ਭਾਈ ਜੀਕੇ ਦੀ ਗੱਲ ਹੋ ਗਈ, ਅਤੇ ਇਸ ਤੋਂ ਬਾਅਦ ਹੁਣ ਆ ਗਿਆ ਪੋਰਸ਼ਨ ਹੈ ਤੁਹਾਡਾ। ਮੈਨੂੰ ਪਤਾ ਤੁਸੀਂ ਕਿਸ ਨੂੰ ਡੀਕੀ ਆਉਂਦੇ ਹੋ, ਉਹਦੀ ਤਾਂ ਆਪਾਂ ਗੱਲ ਐਂਡ 'ਤੇ ਹੀ ਕਰਨੀ ਆ। ਹੁਣ ਆਪਾਂ ਗੱਲ ਕਰਦੇ ਹਾਂ ਮੈਥ ਅਤੇ ਰੀਜ਼ਨਿੰਗ ਦੀ। ਤੁਸੀਂ ਇੰਡਸਟਰੀ ਦੀ ਗੱਲ ਕਰਦੇ ਹੋ, ਇੰਡਸਟਰੀ ਵਾਲੇ ਦੀ ਗੱਲ ਕਰਦੇ ਹੋ, ਅਤੇ ਜਾਂ ਫਿਰ ਤੁਸੀਂ ਟੈਕਸੇਸ਼ਨ ਦੀ ਗੱਲ ਕਰਦੇ ਹੋ, ਉਹਦੀ ਤਾਂ ਆਪਾਂ ਗੱਲ ਕਰਾਂਗੇ ਹੀ ਕਰਾਂਗੇ, ਰਾਈਟ। ਮੈਥ ਪਲੱਸ ਰੀਜ਼ਨਿੰਗ ਦੀ ਆਪਾਂ ਹੁਣ ਚਰਚਾ ਕਰਦੇ ਹਾਂ। ਦੇਖੋ ਭਾਈ, ਹੁਣ ਤੱਕ ਤਾਂ ਮੈਥ ਦਾ ਕੋਈ ਵੀ ਕੁਐਸਚਨ ਐਸਾ ਮੈਨੂੰ ਨਹੀਂ ਮਿਲਿਆ ਜਿਹੜਾ ਆਪਾਂ ਨਾ ਕੀਤਾ ਹੋਵੇ ਅਤੇ ਉਹ ਪੇਪਰ ਦੇ ਵਿੱਚ ਆ ਗਿਆ ਹੋਵੇ। ਬਹੁਤ ਔਖੇ ਔਖੇ ਕੁਐਸਚਨ ਈਵਨ ਕਿ ਆਪਾਂ ਕੀਤੇ ਅਤੇ ਬਹੁਤ ਸੌਖੇ ਸੌਖੇ ਪੇਪਰਾਂ ਦੇ ਵਿੱਚ ਆਏ ਆ, ਚਾਹੇ ਪਟਵਾਰੀ ਮੇਨਸ ਹੈ, ਚਾਹੇ ਪਟਵਾਰੀ ਪ੍ਰੀ ਹੈ, ਚਾਹੇ SI ਦਾ ਇਗਜ਼ਾਮ ਹੈ, ਚਾਹੇ ਜੇਲ੍ਹ ਵਾਰਨ ਦਾ ਇਗਜ਼ਾਮ ਹੈ, ਚਾਹੇ ਕਾਂਸਟੇਬਲ ਇਨਵੈਸਟੀਗੇਸ਼ਨ ਫਲਾਨਾ ਧਿਉਂਕਾ, ਜਿਹੜਾ ਮਰਜ਼ੀ ਮੈਥ ਚੱਕ ਲਓ, ਤੁਹਾਡਾ ਜਿਹੜਾ ਆਪਣਾ ਮੈਥ ਕੀਤਾ ਹੋਇਆ ਉਸ ਤੋਂ ਬਾਹਰ ਨਹੀਂ ਆਊਗਾ। ਹੁਣ ਓਬਵੀਅਸਲੀ ਗੱਲ ਆ, ਜੇ ਤਾਂ ਤੁਸੀਂ ਕੰਪਲੀਟ ਮੈਥ ਕੀਤਾ ਹੋਇਆ, ਕਿਤੋਂ ਵੀ ਕੀਤਾ ਹੋਇਆ, ਮੇਰੇ ਵਾਲੇ ਕੋਰਸ ਤੋਂ ਕੀਤਾ ਹੋਇਆ, ਕਿਸੇ ਹੋਰ ਦੇ ਕੋਰਸ ਤੋਂ ਕੀਤਾ ਹੋਇਆ, ਤਾਂ ਬਹੁਤ ਵਧੀਆ ਗੱਲ ਆ, ਉਹਦੀ ਰਿਵੀਜ਼ਨ ਕਰਨੀ ਹੈ। ਅਤੇ ਨਹੀਂ, ਤੁਸੀਂ ਕੀ ਕਰ ਲਾਂਗਾ, ਮੈਥ ਦੀਆਂ ਜਿੰਨੀਆਂ ਵੀ ਵੀਡੀਓਆਂ ਰੇਸ ਅਕੈਡਮੀ 'ਤੇ ਪਈਆਂ, ਜਿੰਨੀਆਂ ਵੀ ਵੀਡੀਓ ਰੇਸ ਅਕੈਡਮੀ 'ਤੇ ਪਈਆਂ, ਪਲੀਜ਼ ਉਹਨਾਂ ਸਾਰਿਆਂ ਨੂੰ ਦੇਖ ਜਿਓ, ਤੁਹਾਨੂੰ ਐਜ਼ ਇਟ ਇਜ਼ ਕੁਐਸਚਨ ਟੱਕਰ ਜਾਣਗੇ। ਟਾਈਪਸ ਜਿਹੜੀ ਹੈਗੀ ਹੈ, ਕਨਸੈਪਟ ਤੋਂ ਕੁਐਸਚਨ ਬਾਹਰ ਨਹੀਂ ਆਊਗਾ। ਮੈਂ ਸਿਰਫ ਇਹ ਐਕਸਾਈਜ਼ ਵਾਲੇ ਦੀ ਗੱਲ ਕਰਦਾ, PSPCL ਵਾਲੇ ਦੀ ਨਹੀਂ ਗੱਲ ਕਰਦਾ, ਕਿਉਂਕਿ PSPCL ਦੇ ਵਿੱਚ ਪੇਪਰ ਆਊਗਾ ਮੈਥ ਦਾ ਵਧੀਆ, ਅਤੇ ਉਹਦੇ ਵਾਸਤੇ ਮੈਂ ਸਪੈਸ਼ਲ ਮੈਥ ਚਲਾਊਂਗਾ, ਰਾਈਟ ਹੋ ਗਿਆ। ਸੋ ਰੇਸ ਅਕੈਡਮੀ 'ਤੇ ਤੁਸੀਂ ਜਾਣ ਕੇ ਜਿੰਨੇ ਵੀ ਮੈਥ ਦੇ ਲੈਕਚਰ ਹੈ ਉਹ ਮੈਂ ਪਟਵਾਰੀ ਵਾਸਤੇ ਚਲਾਏ ਹੋਣ, ਚਾਹੇ ਮੈਂ ਹੁਣ ਐਕਸਾਈਜ਼ ਵਾਸਤੇ ਵੀ ਚਲਾ ਰਿਹਾਗਾ, ਪਲੀਜ਼ ਇਹਨਾਂ ਨੂੰ ਦੇਖ ਕੇ ਜਾਇਓ, ਬਸ ਤੁਹਾਡੀ ਰਿਵੀਜ਼ਨ ਹੋ ਜੂਗੀ। ਬਸ ਪਲੇਲਿਸਟ ਦੇ ਵਿੱਚ ਵੀਡੀਓਜ਼ ਪਈਆਂ ਹੋਣਗੇ, ਮੈਂ ਹੋਰ ਵੀ ਐਡ ਕਰ ਦੂੰਗਾ ਪਲੇਲਿਸਟ ਦੇ ਵਿੱਚ, ਅਤੇ ਤੁਸੀਂ ਬਸ ਇਹੀ ਦੇਖ ਕੇ ਜਾਣੀ ਆ, ਬਸ ਐਂ ਕਹਿ ਲਓ। ਪਰ ਫਾਇਦਾ ਉਹਨਾਂ ਨੂੰ ਜਿਨ੍ਹਾਂ ਨੇ ਪਹਿਲਾਂ ਕੰਪਲੀਟ ਮੈਥ ਕੀਤਾ ਹੋਇਆ। ਮੈਂ ਫਿਰ ਕਹੂੰਗਾ ਕਿ ਕੋਈ ਐਸੀ ਮਾਲਾ ਨਹੀਂ ਹੈਗੀ ਜਿਹਨੂੰ ਤੁਸੀਂ ਗੱਲ 'ਚ ਪਾਓਗੇ ਤਾਂ ਪੇਪਰ ਕਲੀਅਰ ਹੋ ਜੂਗਾ। ਮੈਂ ਪਹਿਲਾਂ ਹੀ ਕਹਿ ਰਿਹਾ, ਕੋਈ ਹਿੱਟ ਐਂਡ ਟ੍ਰਾਇਲ ਮੈਥਡ ਇੱਥੇ ਬਿਲਕੁਲ ਨਹੀਂ ਹੈਗਾ, ਕੰਪਲੀਟ ਮੈਥ ਤੁਹਾਡਾ ਪਹਿਲਾਂ ਹੋਣਾ ਹੀ ਚਾਹੀਦਾ। ਜੇ ਨਹੀਂ ਹੈਗਾ ਤਾਂ ਪਲੀਜ਼ ਕੰਪਲੀਟ ਮੈਥ ਤੁਹਾਨੂੰ ਕਰਨਾ ਹੀ ਪਊਗਾ। ਹਾਂ, ਜੇ ਤੁਹਾਡਾ ਫਿਰ ਵੀ ਮੈਥ 60-70% ਕੀਤਾ ਹੋਇਆ ਤਾਂ ਤੁਸੀਂ ਸਿਰਫ ਪਟਵਾਰੀ ਐਕਸਾਈਜ਼ ਜਾਂ ਰੇਸ ਅਕੈਡਮੀ ਸਰਚ ਕਰਕੇ ਮੈਥ ਕਲਾਸਿਜ਼ ਮਾਰ ਲਓ ਮੱਥਾ, ਜਿਹੜੀਆਂ ਲੇਟੈਸਟ ਆ, ਪੁਰਾਣੀਆਂ ਨੂੰ ਦੇਖਣ ਲੱਗ, ਜਿਹੜੇ 4-5 ਸਾਲ ਪਹਿਲਾਂ ਵੀਡੀਓ ਪਾ ਰੱਖੀਆਂ ਮੈਂ, ਕੁਐਸਚਨਾਂ ਦੀ ਗੱਲ ਕਰਦਾ ਜਿਹੜੇ ਕੁਐਸਚਨ ਸੈਸ਼ਨ ਮੈਂ ਲਗਾਏ ਹੋਏ ਆ, ਰਾਈਟ। ਤਾਂ ਬਹੁਤ ਵਧੀਆ ਤਰੀਕੇ ਦੇ ਨਾਲ ਤੁਹਾਡੇ ਉਹ ਕੁਐਸਚਨ ਸੋਲਵ ਹੋਣਗੇ। ਇੱਕ ਟੌਪ 100 MCQ ਪਾਏ ਸੀਗੇ ਮੈਂ ਮੈਥ ਪਲੱਸ ਰੀਜ਼ਨਿੰਗ ਦੇ, ਸਰਚ ਕਰ ਲਿਓ ਤਾਂ ਤੁਹਾਨੂੰ ਉਹ ਵੀ ਮਿਲ ਜਾਣਗੇ, ਰਾਈਟ ਆ। ਨਹੀਂ, ਵੀਡੀਓਜ਼ ਦੇ ਵਿੱਚ ਜਾ ਕੇ ਪੁਰਾਣੀਆਂ ਵੀਡੀਓਜ਼ ਦੇਖਦੇ ਰਹੋ, ਤੁਹਾਨੂੰ ਲੈਕਚਰ ਮਿਲਦੇ ਜਾਣਗੇ, ਰਾਈਟ ਹੋ ਗਿਆ। ਸੋ ਮੈਥ ਪਲੱਸ ਜਿਹੜਾ ਰੀਜ਼ਨਿੰਗ ਹੈ ਤੁਹਾਡਾ ਇੱਥੋਂ ਕਵਰ ਹੋ ਜੂਗਾ। ਅਤੇ ਰੀਜ਼ਨਿੰਗ ਤਾਂ ਬਹੁਤ ਜ਼ਿਆਦਾ ਸੌਖੀ ਹੁੰਦੀ ਹੈ, ਤੁਸੀਂ ਕਿਸੇ ਵੀ ਚੈਨਲ ਤੋਂ ਕਿਸੇ ਵੀ, ਜੇ ਮੰਨ ਲਓ ਕੋਈ ਵੀ ਟੌਪਿਕ ਤੁਹਾਡਾ ਕਮਜ਼ੋਰ ਹੈ, ਉਸ ਟੌਪਿਕ ਨੂੰ ਸਰਚ ਕਰਕੇ ਤੁਸੀਂ ਰੀਜ਼ਨਿੰਗ ਨੂੰ ਦੇਖ ਸਕਦੇ ਹੋ। ਅਤੇ ਬਾਕੀ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਰੀਜ਼ਨਿੰਗ ਅਤੇ ਮੈਥ ਦੇ ਹੋਰ ਮੈਗਾ ਸੈਸ਼ਨ ਆਪਣੇ ਹੀ ਚੈਨਲ 'ਤੇ ਲੈ ਕੇ ਆਊਂਗਾ। ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਅਤੇ ਬਾਕੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਰਹੋ। ਹੁਣ ਆ ਗਿਆ ਭਾਈ ਤੁਹਾਡਾ ਇੰਡਸਟਰੀਅਲ ਪ੍ਰਮੋਸ਼ਨ ਡਿਵੈਲਪਮੈਂਟ, ਇੰਡਸਟਰੀਅਲ ਪ੍ਰਮੋਸ਼ਨ ਡਿਵੈਲਪਮੈਂਟ, ਅਤੇ ਜਿਹੜਾ ਦੂਸਰਾ ਹੈਗਾ ਉਹ ਤੁਹਾਡਾ ਹੈਗਾ ਭਾਈ ਟੈਕਸੇਸ਼ਨ, ਰਾਈਟ ਹੈ। ਹੁਣ ਆਹ ਜ਼ਿਆਦਾ ਹੈ ਜਿਹੜਾ ਬੱਚਿਆਂ ਨੂੰ ਤੰਗ ਕਰਦਾ ਹੈਗਾ, ਯਾਨੀ 40 ਨੰਬਰਾਂ ਦਾ। ਦੇਖੋ, ਪਹਿਲੀ ਗੱਲ ਤਾਂ ਤੁਸੀਂ EPFO ਦਾ ਜੇਕਰ ਪੇਪਰ ਚੱਕੋਗੇ ਤਾਂ EPFO ਦੇ ਵਿੱਚ ਇੰਡਸਟਰੀਅਲ, ਕਿਉਂਕਿ ਜਿੱਦਣ ਇਹ ਸਿਲੇਬਸ ਆ ਗਿਆ ਸੀ, ਜਿੱਦਣ ਇਹ ਸਿਲੇਬਸ ਆ ਗਿਆ ਸੀ, ਸ਼ਾਮ ਨੂੰ ਹੀ ਆਪਣਾ ਕੋਰਸ ਬਣ ਚੁੱਕਿਆ ਸੀ, ਬਿਕੋਜ਼ ਆਪਣੇ ਕੋਲ ਆਲਰੇਡੀ EPFO ਦੇ ਸਟੂਡੈਂਟ ਸੀਗੇ। ਸੋ ਇਸ ਕਰਕੇ ਆਪਾਂ ਆਲਰੇਡੀ ਇਹ ਚੀਜ਼ਾਂ ਪੜ੍ਹਾ ਰਹੇ ਸੀ। ਟੈਕਸੇਸ਼ਨ ਦਾ ਮਤਲਬ ਤਾਂ ਸਿਰਫ ਇਕੋਨਮੀ ਹੈ, ਜੇਕਰ ਤੁਸੀਂ ਇਕੋਨਮਿਕਸ ਪੜ੍ਹੀ ਹੋਈ ਆ ਤਾਂ ਟੈਕਸੇਸ਼ਨ ਦਾ ਪੋਰਸ਼ਨ ਕਵਰ ਹੋ ਗਿਆ। ਜ਼ਿਆਦਾ ਪ੍ਰੋਬਲਮ ਆਉਂਦੀ ਹੈ ਇੰਡਸਟਰੀਅਲ ਦੇ ਵਿੱਚ। ਪਹਿਲਾਂ ਤਾਂ ਚਲੋ ਆਪਾਂ ਨੂੰ ਵੀ ਡਾਊਟ ਸੀਗਾ ਕਿ ਪਤਾ ਨਹੀਂ ਪੇਪਰ ਕਿੱਥੋਂ ਆਊਗਾ, ਕੀ ਗੱਲਬਾਤ ਹੈ, ਪਤਾ ਨਹੀਂ ਕੀ ਵੱਡੀ ਚੀਜ਼ ਆਜੂਗੀ ਇਹਦੇ ਵਿੱਚ, ਖਾਸ ਕਰਕੇ ਪੰਜਾਬ ਦੀ ਗੱਲ ਕਰਦਾ। EPFO ਦੇ ਵਿੱਚ ਵੀ, ਕਿਉਂਕਿ ਓਬਵੀਅਸਲੀ ਗੱਲ ਹੈ, ਜਦੋਂ ਇਹ ਪੇਪਰ ਆਇਆਗਾ ਤਾਂ ਪਤਾ ਨਹੀਂ ਲੱਗਦਾ ਕਿ ਇੰਡਸਟਰੀ ਦੇ ਵਿੱਚ ਕੀ ਆਊਗਾ, ਬਟ ਯਕੀਨ ਮੰਨੋ ਕਿ ਜਦੋਂ EPFO ਦਾ ਪੇਪਰ ਆ ਗਿਆ, ਉਹਦੇ ਵਿੱਚ ਕੁਐਸਚਨ ਇੰਨੇ ਜ਼ਿਆਦਾ ਸੌਖੇ ਆਏ ਆ, ਚਾਹੇ ਉਹ ਇੰਡਸਟਰੀ ਲਾਅ ਨੂੰ ਲੈ ਕੇ ਹੋਵੇ, ਚਾਹੇ ਲੇਬਰ ਲਾਅ ਹੋਵੇ, ਚਾਹੇ ਟੈਕਸੇਸ਼ਨ ਹੋਵੇ, ਯਾਨੀ ਕਿ ਫਿਰ ਤਸੱਲੀਆਂ ਹੋ ਗਈਆਂ ਵੀ ਜਦੋਂ UPSC ਨੇ ਇੰਨਾ ਕੁ ਲੈਵਲ ਪਾਇਆ। ਬਿਕੋਜ਼ ਇਹਨਾਂ ਪੋਰਸ਼ਨ ਦੇ ਵਿੱਚ ਜਦੋਂ ਮੈਂ ਵੀ ਪੜ੍ਹਾ ਰਿਹਾ ਸੀਗਾ, ਜਿਹੜੀਆਂ ਐਨੂਅਲ ਰਿਪੋਰਟਸ ਹੈ, ਲਿਖਿਆ ਬਹੁਤ ਕੁਛ ਹੁੰਦਾ, ਬਟ ਉੱਥੋਂ ਆਉਣ ਵਾਲੀਆਂ ਚੀਜ਼ਾਂ ਬਹੁਤ ਘੱਟ ਹੁੰਦੀਆਂ, ਬਹੁਤ ਰੇਅਰ ਹੁੰਦੀਆਂ, ਬਹੁਤ ਐਂ ਕਹਿ ਲਓ ਵੀ ਬੜੀਆਂ ਯੂਨੀਕ ਚੀਜ਼ਾਂ ਜਾਂ ਫੈਕਟ ਕਹਿ ਸਕਦੇ ਹੋ। ਅਤੇ ਹੁਣ ਇੰਡਸਟਰੀ ਵਾਲਾ ਮੈਂ, ਹਾਂ, ਇਸ ਚੀਜ਼ ਨੂੰ, ਬਾਕੀ ਤਾਂ ਚਲੋ ਮੈਂ ਸਾਰੀਆਂ ਚੀਜ਼ਾਂ ਤੁਹਾਨੂੰ
ਆਬਵੀਅਸਲੀ ਗੱਲ ਆ, ਜੇ ਤਾਂ ਤੁਸੀਂ ਆਪਣੇ ਵਾਲੇ ਕੋਰਸ ਦੇ ਵਿੱਚ ਹੈਗੇ ਹੋ ਤਾਂ ਬਹੁਤ ਵਧੀਆ ਗੱਲ ਹੈ, ਰਾਈਟ ਆ, ਉੱਥੇ ਤਾਂ ਮੈਂ ਪੂਰਾ ਇਹ ਕਰਵਾਇਆ ਹੀ ਹੋਇਆ, ਰਾਈਟ ਆ। ਪਰ ਜੇਕਰ ਤੁਸੀਂ ਫਿਰ ਵੀ ਹਜੇ ਇਹਨੂੰ ਵੇਟ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਕਮ ਸੇ ਕਮ ਮੈਨੂੰ ਲੱਗਦਾ ਵੀ ਹਫ਼ਤਾ ਕੁ, ਯਾਨੀ ਕਿ ਤੁਸੀਂ ਹਫ਼ਤਾ ਵੀ ਨਹੀਂ, ਥੋੜ੍ਹਾ ਜਿਹਾ ਯਾਨੀ ਕਿ 4-5 ਦਿਨ ਤਾਂ ਤੁਹਾਨੂੰ ਰੁਕਣਾ ਪਊਗਾ ਹੀ ਪਊਗਾ। ਮੈਂ ਇਹਦੇ 'ਤੇ ਇੱਕ ਮੈਗਾ ਸੈਸ਼ਨ ਬਣਾ ਰਿਹਾ ਹਾਂ ਜਿਹਦੇ ਵਿੱਚ ਥਿਊਰੀ ਤੁਹਾਡੀ ਆਲਮੋਸਟ ਯਾਨੀ ਕਿ ਐਂ ਕਹਿ ਲਓ ਵੀ ਕਵਰ ਕਰਵਾ ਦੂੰਗਾ ਅਤੇ ਨਾਲ ਐਮ ਸੀ ਕਿਊ ਤਾਂ ਹੋਣਗੇ ਹੀ ਹੋਣਗੇ। ਹਾਲਾਂਕਿ ਮੈਨੂੰ ਲੱਗਦਾ ਵੀ ਜਦੋਂ ਥਿਊਰੀ ਪੜ੍ਹ ਲਈ ਤਾਂ ਐਮ ਸੀ ਕਿਊ ਤਾਂ ਆਪਣੇ ਆਪ ਹੀ ਹੋ ਜਾਣਗੇ, ਕਿਉਂਕਿ ਐਮ ਸੀ ਕਿਊ ਥਰੈਟੀਕਲ ਪੋਰਸ਼ਨ ਤੋਂ ਹੀ ਆਉਂਦੇ। ਬਟ ਫਿਰ ਵੀ ਜਦੋਂ ਐਮ ਸੀ ਕਿਊ ਕਰਦੇ ਹਾਂ ਤਾਂ ਯਾਦ ਜ਼ਿਆਦਾ ਹੁੰਦੇ ਆ, ਤਾਂ ਮੈਂ ਐਮ ਸੀ ਕਿਊ ਹੀ ਕਰਵਾਊਂਗਾ। ਓਬਵੀਅਸਲੀ ਗੱਲ ਹੈ ਇਹਦੇ 'ਤੇ ਮੈਗਾ ਸੈਸ਼ਨ ਮੈਂ ਜ਼ਰੂਰ ਲੈ ਕੇ ਆਊਂਗਾ, ਥੋੜ੍ਹੇ ਦਿਨ ਰਹਿ ਗਏ। ਇੰਡਸਟਰੀਅਲ ਅਤੇ ਟੈਕਸੇਸ਼ਨ, ਰਾਈਟ ਆ। ਹੁਣ ਇਹ ਤਾਂ ਹੋਊਗੀ ਵੀ ਆਪਣੇ ਚੈਨਲ ਤੋਂ ਜਿਹੜੀ ਮੈਂ ਹੀ ਲੈ ਕੇ ਆਊਂਗਾ, ਨਹੀਂ ਤੁਸੀਂ ਐਪ ਇੰਸਟਾਲ ਕਰ ਲਓ, ਉੱਥੇ ਵੀ ਤੁਸੀਂ ਜਾ ਸਕਦੇ ਹੋ, ਉੱਥੇ ਤੁਹਾਨੂੰ ਇਹਦਾ ਉਹ ਮਿਲ ਜੂਗਾ, ਰਾਈਟ ਹੈ। ਹੁਣ ਜੇਕਰ ਮੈਨੂੰ ਕਾਫੀ ਜਾਣੇ ਆ ਜਾਂਦੇ ਕਿ ਸਰ ਬ੍ਰਾਈਟ ਅਕੈਡਮੀ ਨੇ ਇੱਕ ਬੁੱਕ ਲਾਂਚ ਕੀਤੀ ਹੈ, ਰਾਈਟ ਆ, ਜਾਂ ਹੋਰ ਵੀ ਮੈਨੂੰ ਬਹੁਤ ਸਾਰੀਆਂ ਸੋਰਸਿਸ ਆਉਂਦੇ ਰਹਿੰਦੇ ਆ। ਦੇਖੋ ਸਿੱਧੀ ਜੀ ਗੱਲ, ਮੈਨੂੰ ਬਾਕੀਆਂ ਦਾ ਤਾਂ ਨਹੀਂ ਪਤਾ, ਪਰ ਮੈਨੂੰ ਇੰਨਾ ਪਤਾ ਵੀ ਬ੍ਰਾਈਟ ਅਕੈਡਮੀ ਆਪਣੇ ਆਪ ਦੇ ਵਿੱਚ ਓਬਵੀਅਸਲੀ ਗੱਲ ਇਹਦਾ ਨਾਮ ਹੈਗਾ, ਰਾਈਟ ਆ। ਸੋ ਮੈਨੂੰ ਨਹੀਂ ਲੱਗਦਾ ਵੀ ਐਡਾ ਵੱਡਾ ਨਾਮ ਹੋਵੇ ਅਤੇ ਉਹ ਆਪਣੇ ਨਾਮ ਦੇ ਨਾਲ ਕੋਈ ਵੀ ਚਲਾਕੀ ਕਰਨਗੇ ਜਾਂ ਉਸ ਚੀਜ਼ ਦੇ ਨਾਲ ਕਰਨਗੇ। ਓਬਵੀਅਸਲੀ ਗੱਲ ਆ, ਜਦੋਂ ਤੁਸੀਂ ਇੰਨਾ ਵੱਡਾ ਰੇਸ ਅਕੈਡਮੀ ਆ, ਰੇਸ ਅਕੈਡਮੀ ਨਾਮ ਜੇਕਰ ਇਹ ਬਣ ਗਿਆ ਤਾਂ ਓਬਵੀਅਸਲੀ ਗੱਲ ਆ, ਇਸ ਨਾਮ ਨੂੰ ਤਾਂ ਮੈਂ ਖਰਾਬ ਕਰਨਾ ਨਹੀਂ ਚਾਹੂੰਗਾ। ਤਾਂ ਓਬਵੀਅਸਲੀ ਗੱਲ ਆ, ਜੇਕਰ ਮੈਂ ਕੋਈ ਚੀਜ਼ ਲਾਂਚ ਕਰ ਰਿਹਾ ਚਾਹੇ ਮੈਂ ਲੇਟ ਹੀ ਕਰਾਂ, ਪਰ ਓਬਵੀਅਸਲੀ ਗੱਲ ਆ ਉਹ ਚੀਜ਼ ਵਧੀਆ ਹੋਊਗੀ ਹੋਊਗੀ। ਕਿਉਂ? ਕਿਉਂਕਿ ਇਹਦਾ ਸੋਰਸ ਆਲਰੇਡੀ ਘੱਟ ਮਿਲ ਰਿਹਾ ਹੈਗਾ। ਜੇ ਤੁਹਾਨੂੰ ਇਹਨਾਂ ਦੇ ਨੋਟਸ ਵਗੈਰਾ ਮਿਲ ਰਹੇ ਆ, ਰਾਈਟ ਆ, ਓਬਵੀਅਸਲੀ ਗੱਲ ਆ, ਤੁਸੀਂ ਉਹਨਾਂ ਨੂੰ ਲੈ ਸਕਦੇ ਹੋ, ਰਾਈਟ। ਮੈਂ ਫਿਰ ਕਹਿ ਰਿਹਾ ਕਿ ਮੇਰਾ ਕੁਛ ਨਹੀਂ ਭਾਈ, ਮੈਨੂੰ ਰੁਪਈਆ ਨਾ ਮੇਰਾ ਇਹਨਾਂ ਨਾਲ ਕੋਈ ਲੈਣਾ ਦੇਣਾ, ਨਾ ਮੇਰਾ ਮੈਂ ਕਦੇ ਗਿਆ ਇੱਥੇ, ਰਾਈਟ। ਸਿੰਪਲ ਤੁਹਾਨੂੰ ਮੈਂ ਕਹਿ ਰਿਹਾ ਕਿ ਜੋ ਮੈਨੂੰ ਮੈਸੇਜ ਆਉਂਦੇ, ਜੋ ਮੈਨੂੰ ਕੁਐਰੀ ਆਉਂਦੀ, ਮੈਂ ਨਾ ਬੁੱਕ ਦੇਖੀ ਆ, ਮੈਂ ਸਿੰਪਲ ਤੁਹਾਨੂੰ ਇਹ ਚੀਜ਼ ਕਹਿ ਰਿਹਾ ਹੈਗਾ ਕਿ ਭਾਈ ਕਿ ਇਹਨਾਂ ਦਾ ਨਾਮ ਹੈ, ਇਹ ਨਾਮ ਆਪਣਾ ਖਰਾਬ ਨਹੀਂ ਕਰਨਗੇ। ਅਤੇ ਮੈਨੂੰ ਨਹੀਂ ਲੱਗਦਾ ਮੈਂ ਨਾਮ ਲੈ ਰਿਹਾ ਅਤੇ ਕਿਸੇ ਨੂੰ ਪਤਾ ਹੀ ਨਾ ਹੋਵੇ। ਹੋ ਸਕਦਾ ਅਜੇ ਰੇਸ ਅਕੈਡਮੀ ਉਸ ਪੋਜੀਸ਼ਨ 'ਤੇ ਨਾ ਪਹੁੰਚਿਆ ਹੋਵੇ, ਮੈਨੂੰ ਪਤਾ ਕਿ ਆਪਾਂ ਬਹੁਤ ਉੱਤੇ ਪਹੁੰਚਾਂਗੇ, ਇਹਨਾਂ ਤੋਂ ਵੀ ਉੱਤੇ ਹੋ ਜਾਵਾਂਗੇ। ਪਰ ਇਸ ਟਾਈਮ 'ਤੇ ਮੈਨੂੰ ਪਤਾ ਕਿ ਆਪਣਾ ਕੋਈ ਵੀ ਨਾਮ ਖਰਾਬ ਨਹੀਂ ਕਰੂਗਾ ਜੇਕਰ ਤੁਹਾਨੂੰ ਇਹਨਾਂ ਦੇ ਨੋਟਸ, ਕੁਛ ਵੀ ਮੌਕ ਟੈਸਟ, ਕਿਉਂਕਿ ਸਿੱਧੀ ਜਿਹੀ ਗੱਲ ਹੈ, ਟੈਸਟ ਸੀਰੀਜ਼ ਮੈਂ ਤਾਂ ਲਾਂਚ ਕਰ ਨਹੀਂ ਰਿਹਾ, ਮੈਂ ਕੁਆਲਿਟੀ ਰੱਖਣੀ ਆ, ਮੈਂ ਕੁਆਂਟਿਟੀ ਨਹੀਂ ਰੱਖਣੀ। ਓਬਵੀਅਸਲੀ ਗੱਲ ਹੈ, ਮੈਨੂੰ ਟੈਸਟ ਸੀਰੀਜ਼ ਵਾਸਤੇ ਬਹੁਤ ਬੋਲ ਰਹੇ ਆ, ਸੱਚੀ ਕਹਿੰਦਾ ਕਿ ਟਾਈਮ ਦੀ ਇੰਨੀ ਜ਼ਿਆਦਾ ਕਮੀ ਹੈ ਕਿ ਮੈਂ ਉਹ ਟੈਸਟ ਸੀਰੀਜ਼ ਲਾਂਚ ਹੀ ਨਹੀਂ ਕਰ ਪਾਇਆ। ਪਹਿਲਾਂ ਫੈਮਿਲੀ ਦੇ ਵਿੱਚ ਪ੍ਰੋਬਲਮ ਆ ਗਈ, ਉਸ ਤੋਂ ਪਹਿਲਾਂ ਕੋਈ ਹੋਰ ਪ੍ਰੋਬਲਮ ਸੀ, ਕਹਿਣ ਦਾ ਮਤਲਬ ਉਹ ਟਾਈਮ ਨਹੀਂ ਲੱਗਿਆ ਅਤੇ ਮੈਂ ਕਾਪੀ ਪੇਸਟ ਨਹੀਂ ਕਰ ਸਕਦਾ, ਆਈ ਐਮ ਵੈਰੀ ਸੌਰੀ, ਰਾਈਟ। ਪਟਵਾਰੀ ਮੇਨਜ਼ ਦੀ ਟੈਸਟ ਸੀਰੀਜ਼ ਵੀ ਮੈਂ ਬਣਾਈ ਸੀ, ਪਟਵਾਰੀ ਪ੍ਰੀ ਤੋਂ ਪਹਿਲਾਂ ਮੈਂ 4-5 ਪੇਪਰ ਲਏ ਸੀ ਅਤੇ ਯਕੀਨ ਮੰਨੋ ਕਿ ਐਜ਼ ਇਟ ਇਜ਼ ਕੁਐਸਚਨ ਪਟਵਾਰੀ ਪ੍ਰੀ ਦੇ ਵਿੱਚ ਵੀ ਆਇਆ ਐਂਡ ਮੇਨਜ਼ ਦੇ ਵਿੱਚ ਵੀ ਆ। ਪਰ ਉਹਨਾਂ ਉਹ ਆਏ ਕਿਉਂ ਆ? ਕਿਉਂਕਿ ਉੱਥੇ ਬਹੁਤ ਮੱਥਾ ਮਾਰ ਕੇ ਉਹਨਾਂ ਟੈਸਟ ਸੀਰੀਜ਼ ਨੂੰ ਬਣਾਇਆ ਗਿਆ, ਕਾਪੀ ਪੇਸਟ ਨਹੀਂ ਕੀਤਾ ਗਿਆ। ਇੱਥੇ ਮੈਂ ਕਾਪੀ ਪੇਸਟ ਕਰ ਨਹੀਂ ਸਕਦਾ, ਸੋ ਆਈ ਐਮ ਵੈਰੀ ਸੌਰੀ ਕਿ ਮੈਂ ਮੌਕ ਟੈਸਟ ਸੀਰੀਜ਼ ਨਹੀਂ ਲਿਆ ਸਕਦਾ। ਬਟ ਆਈ ਪ੍ਰੋਮਿਸ ਯੂ ਕਿ ਜਿਵੇਂ ਪਟਵਾਰੀ ਪ੍ਰੀ ਤੋਂ ਪਹਿਲਾਂ ਮੈਂ ਫ੍ਰੀ ਮੌਕ ਟੈਸਟ ਲਏ ਸੀ, ਫੁੱਲ ਮੌਕ ਟੈਸਟ, ਉਵੇਂ ਮੈਂ ਇਹਦੇ ਵੀ ਫੁੱਲ ਮੌਕ ਟੈਸਟ ਜ਼ਰੂਰ ਲੈ ਲਊਂਗਾ ਐਕਸਾਈਜ਼ ਦੇ, ਅਤੇ ਯਕੀਨ ਮੰਨੋ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋਊਗਾ। ਉਹਦੇ ਵਾਸਤੇ ਜਸਟ ਤੁਸੀਂ ਐਪਲੀਕੇਸ਼ਨ ਇੰਸਟਾਲ ਕਰਕੇ ਰੱਖਣੀ ਆ, ਦੈਟ ਇਜ਼ ਰੇਸ ਅਕੈਡਮੀ ਅਫੀਸ਼ੀਅਲ ਪਲੇ ਸਟੋਰ 'ਤੇ ਜਾ ਕੇ ਤੁਸੀਂ ਕਰ ਸਕਦੇ ਹੋ। ਤਾਂ ਹੁਣ ਜੇਕਰ ਤੁਹਾਨੂੰ ਇਹਨਾਂ ਦੇ ਨੋਟਸ ਮਿਲਦੇ ਆ, ਭਾਈ ਓਬਵੀਅਸਲੀ ਗੱਲ ਆ, ਤੁਸੀਂ ਇਹਨਾਂ ਦੇ ਨੋਟਸ ਲੈ ਸਕਦੇ ਹੋ, ਰਾਈਟ ਆ। ਜੇ ਤੁਹਾਨੂੰ ਮਿਲ ਰਹੇ ਆ, ਫਿਜ਼ੀਬਲ ਆ, ਵੀਡੀਓ ਲੈਕਚਰ ਮਿਲਦੇ ਆ, ਕੁਛ ਵੀ ਮਿਲਦਾ, ਕਿਉਂਕਿ ਮੇਰੇ ਕੋਲ ਮੈਸੇਜ ਵਗੈਰਾ ਆਉਂਦੀ ਰਹਿੰਦੇ ਆ, ਮੈਨੂੰ ਪੁੱਛਦੇ ਆ ਕਿ ਸਰ ਆਹ ਬੁੱਕ ਦੱਸ ਦਿਓ ਇਹ ਕਿਵੇਂ ਆ, ਆਹ ਬੁੱਕ ਦੱਸ ਦਿਓ, ਤਾਂ ਮੈਂ ਹਰੇਕ ਬੁੱਕ ਤਾਂ ਰਿਵਿਊ ਕਰਦਾ ਨਹੀਂ ਨਾ, ਮੈਂ ਇੱਥੇ ਬੁੱਕ ਰਿਵਿਊ ਕਰਨ ਵਾਸਤੇ ਤਾਂ ਰੱਖਿਆ ਨਹੀਂ ਹੋਇਆ। ਓਬਵੀਅਸਲੀ ਗੱਲ ਆ, ਜਦੋਂ ਮੇਰੀਆਂ ਆਪਣੀਆਂ ਬੁੱਕਸ ਹੈ, ਆਪਣੇ ਜਦੋਂ ਮੇਰੀਆਂ ਬੁੱਕਸ ਹੈ, ਤਾਂ ਮੈਂ ਦੂਸਰੀਆਂ ਬੁੱਕਸ ਕਿਉਂ ਦੱਸੂਗਾ? ਓਬਵੀਅਸਲੀ ਗੱਲ ਆ, ਆਪਣੀ ਬੁੱਕਸ ਹੀ ਮੇਰੀਆਂ ਬੈਸਟ ਹੋਣਗੀਆਂ ਐਂਡ ਮੈਂ ਉਹਨਾਂ ਦੀ ਹੀ ਪ੍ਰਮੋਸ਼ਨ ਕਰੂੰਗਾ। ਪਰ ਇਸ ਟਾਈਮ 'ਤੇ ਤੁਹਾਨੂੰ ਸੁਪਰ ਫਾਸਟ ਰਿਵੀਜ਼ਨ ਦੀ ਜ਼ਰੂਰਤ ਹੈ, ਅਤੇ ਮੈਂ ਇਸੇ ਕਰਕੇ ਤੁਹਾਨੂੰ ਓਵਰਆਲ ਬਿਲਕੁਲ ਇਮਾਨਦਾਰੀ ਦੇ ਨਾਲ ਜੋ ਚੀਜ਼ਾਂ ਜਿੱਥੇ ਵਧੀਆ ਪਈਆਂ, ਬਸ ਐਂ ਕਹਿ ਲਓ ਵੀ ਉਹਨਾਂ ਨੂੰ ਮੈਂ ਦੱਸਤਾ, ਇਸ ਤੋਂ ਇਮਾਨਦਾਰੀ ਉੱਤੇ ਮੈਂ ਹੋਰ ਕੋਈ ਨਹੀਂ ਦਿਖਾ ਸਕਦਾ, ਕਿਉਂਕਿ ਇਸ ਤੋਂ ਉੱਤੇ ਕੁਛ ਹੈ ਹੀ ਨਹੀਂ। ਬਿਲਕੁਲ ਇਸੇ ਤਰੀਕੇ ਦੇ ਨਾਲ ਇਮਾਨਦਾਰੀ ਨਾਲ ਦੇਖ, ਜੇਕਰ ਤੁਸੀਂ ਕੰਮ ਕਰੋਗੇ, ਮੈਂ ਗਰੰਟੀ ਕਹਿੰਦਾ ਕਿ ਤੁਸੀਂ ਕਾਮਯਾਬੀ ਪੱਕਾ ਲਓਗੇ, ਚਾਹੇ ਕਿਸੇ ਵੀ ਪੇਪਰ ਦੇ ਵਿੱਚ ਲੈ ਲਓ। ਹਾਂ, ਹੁਣ ਨੈਬ ਤਹਿਸੀਲਦਾਰ ਸੁਣ ਲਓ, ਮੈਨੂੰ ਬਹੁਤ ਮੈਸੇਜ ਆਉਂਦੇ ਕਿ ਸਰ ਨੈਬ ਤਹਿਸੀਲਦਾਰ ਦੀ ਤਿਆਰੀ ਸਟਾਰਟ ਕਰਾ ਦਿਓ, ਐਕਸਾਈਜ਼ ਹੋ ਜਾਣ ਦਿਓ। ਮੈਂ ਪਟਵਾਰੀ ਹੋਣ ਵੇਲੇ ਵੀ ਕਿਹਾ ਸੀ ਕਿ ਪਟਵਾਰੀ ਹੋ ਜਾਣ ਦਿਓ, ਮੈਂ ਐਕਸਾਈਜ਼ 'ਤੇ ਫੋਕਸ ਕਰੂੰਗਾ, ਐਕਸਾਈਜ਼ ਹੋ ਜਾਣ ਦਿਓ, ਮੈਂ ਨੈਬ ਤਹਿਸੀਲਦਾਰ 'ਤੇ ਫੋਕਸ ਕਰੂੰਗਾ। ਨੈਬ ਤਹਿਸੀਲਦਾਰ ਦਾ ਬੈਚ ਮੈਂ ਆਲਰੇਡੀ ਲਾਂਚ ਕਰ ਰੱਖਿਆ ਗਿਆ, ਪਰ ਫੋਕਸ ਉਹ 'ਤੇ ਕਰਾਂਗੇ ਐਕਸਾਈਜ਼ ਤੋਂ ਬਾਅਦ। ਬਹੁਤ ਤਕੜੇ ਤਰੀਕੇ ਦੇ ਨਾਲ ਮੈਂ ਪੜ੍ਹਾਊਂਗਾ ਨੈਬ ਦੇ ਵਿੱਚ, ਜੀਕੇ ਦਾ ਪੋਰਸ਼ਨ ਮੈਂ ਇੰਨਾ ਜ਼ਿਆਦਾ ਵਾਸਟ ਕਰ ਦੂੰਗਾ, ਤੁਸੀਂ ਯਕੀਨ ਮੰਨੋ ਕਿ ਨਜ਼ਾਰਾ ਆ ਜਾਣਾ। ਤੁਸੀਂ ਐਕਸਾਈਜ਼ ਦੇ ਵਿੱਚ ਉਨਾ ਪੜ੍ਹਿਆ ਨਹੀਂ ਹੋਊਗਾ ਜਿੰਨਾ ਮੈਂ ਹੁਣ ਨੈਬ ਦੇ ਵਿੱਚ ਪੜ੍ਹਾਊਂਗਾ, ਚਾਹੇ ਉਹ ਨੈਬ ਤਹਿਸੀਲਦਾਰ ਵਾਲੇ ਪਹਿਲੇ ਕੋਰਸ ਦੇ ਵਿੱਚ ਆ, ਚਾਹੇ ਦੂਸਰੇ ਕੋਰਸ ਦੇ ਵਿੱਚ ਆ। ਮੈਂ ਉਹਨਾਂ ਦੇ ਵਿੱਚ ਹੁਣ ਫਰੈਸ਼ ਕੰਟੈਂਟ
ਰਾਈਟ ਹੈ। ਸੋ ਮੈਨੂੰ ਨਹੀਂ ਲੱਗਦਾ ਵੀ ਹੁਣ ਕੋਈ ਚੀਜ਼ ਹੋਰ ਰਹਿ ਗਈ ਹੋਣੀ ਹੈ ਦੱਸਣ ਵਾਲੀ, ਪਰ ਮੈਂ ਇੱਕੋ ਚੀਜ਼ ਕਹੂੰਗਾ ਕਿ ਪਲੀਜ਼ ਆਪਣੇ ਆਪ ਨੂੰ ਰਿਵਾਈਜ਼ ਇੰਨੇ ਤਰੀਕੇ ਦੇ ਨਾਲ ਕਰਨਾ ਗਾ ਜੋ ਜੋ ਲੈਕਚਰ ਮੈਂ ਦੱਸਤੇ। ਅੱਛਾ, ਜਿਹੜੀ ਹਿਸਟਰੀ ਰਹਿ ਗਈ, ਇੱਕ ਹਿਸਟਰੀ ਰਹਿ ਗਈ ਐਂਡ 'ਤੇ, ਹਿਸਟਰੀ ਰਹਿ ਗਈ ਐਂਡ 'ਤੇ, ਹਿਸਟਰੀ ਕਿਵੇਂ ਕਰਨੀ ਹੈ? ਹਿਸਟਰੀ ਜੇਕਰ ਕਰਨੀ ਹੈ ਤਾਂ ਭਾਈ ਹਿਸਟਰੀ ਦੇ ਮੈਂ ਮਾਡਰਨ ਹਿਸਟਰੀ ਹੈ ਜਿਹੜੀ, ਖਾਸ ਕਰਕੇ ਮਾਡਰਨ ਹਿਸਟਰੀ ਕੰਪਲੀਟ ਕਰਵਾਈ ਹੋਈ ਆ। ਐਂਡ ਮੈਨੂੰ ਲੱਗਦਾ ਵੀ ਇਹੀ ਆ ਜਿਹੜਾ ਪੋਰਸ਼ਨ ਤੁਹਾਡਾ ਕੰਪਲੀਟ ਯਾਨੀ ਕਿ ਪੇਪਰ ਦੇ ਵਿੱਚ ਕੰਮ ਆ ਜਾਊਗਾ। ਮਾਡਰਨ ਹਿਸਟਰੀ 'ਤੇ ਲੈਕਚਰ ਦੇਖ ਲਓ, ਕੰਪਲੀਟ ਮਾਡਰਨ ਹਿਸਟਰੀ ਰੇਸ ਅਕੈਡਮੀ ਸਰਚ ਕਰ ਲਿਓ, ਮਾਡਰਨ ਹਿਸਟਰੀ ਤੁਹਾਡੀ ਕੰਪਲੀਟ ਹੋ ਜਾਣੀ ਆ। ਐਨਸ਼ੀਅੰਟ ਅਤੇ ਮਡੀਵਲ ਤਾਂ ਹੁਣ ਇੰਨਾ ਕੁਛ ਓਬਵੀਅਸਲੀ ਗੱਲ ਆ ਤੁਹਾਨੂੰ ਯੂਟਿਊਬ 'ਤੇ ਵੀ ਨਹੀਂ ਮਿਲਣਾ, ਤਾਂ ਹੀ ਤਾਂ ਪੇਡ ਕੋਰਸ ਲਾਂਚ ਹੁੰਦੇ ਆ, ਰਾਈਟ ਆ। ਸੋ ਤੁਸੀਂ ਨਹੀਂ ਫਿਰ ਐਪਲੀਕੇਸ਼ਨ ਇੰਸਟਾਲ ਕਰੋ, ਨੈਬ ਤਹਿਸੀਲਦਾਰ ਦੀ ਤਿਆਰੀ ਕਰਨੀ ਤਾਂ ਉੱਥੇ ਆਓ, ਕਿਉਂਕਿ ਨੈਕਸਟ ਪੇਪਰ ਆਪਣਾ ਉਹੀ ਆ ਅਤੇ ਟਾਰਗੇਟ ਵੀ ਉਹੀ ਆ। ਅਤੇ ਬਾਕੀ ਇੱਕ ਮੈਂ ਵੀਡੀਓ ਹੋਰ ਬਣਾਊਂਗਾ ਵੀ ਕੀ ਸਰਕਾਰੀ ਨੌਕਰੀਆਂ ਹੌਲੀ ਹੌਲੀ ਆਉਣੋਂ ਬੰਦ ਹੋ ਜਾਣਗੀਆਂ, ਕੀ ਸਰਕਾਰੀ ਨੌਕਰੀ ਜਿਹੜੀ ਹੁਣੇ ਆਉਣੀ ਆ, ਕੀ ਹੁਣ ਜਿਹੜੇ ਘਰ ਘਰ ਰੁਜ਼ਗਾਰ ਦੇਣ ਵਾਲੇ ਸੀ ਆਪ ਬੇਰੁਜ਼ਗਾਰੀ ਹੋਣ ਤੋਂ ਬਾਅਦ ਨੌਕਰੀਆਂ ਮਿਲਣਗੀਆਂ, ਠੀਕ ਹੈ। ਸੋ ਕਹਿਣ ਦਾ ਮਤਲਬ ਕੀ ਹੈ, ਇੱਕ ਨੋ ਕਮੈਂਟਸ, ਵੈਸੇ ਮੈਂ ਵੈਸੇ ਮਜ਼ਾਕ ਕੀਤਾ ਗਾ, ਪਰ ਮੈਂ ਵੀਡੀਓ ਜ਼ਰੂਰ ਬਣਾਊਂਗਾ ਕਿ ਕੀ ਜਿਹੜੀਆਂ ਸਰਕਾਰੀ ਨੌਕਰੀਆਂ ਸੱਚੀ ਬੰਦ ਹੋ ਜਾਣਗੀਆਂ ਜਾਂ ਕੀ ਅਗਲੇ ਸਾਲ ਸਰਕਾਰੀ ਨੌਕਰੀਆਂ ਆਉਣਗੀਆਂ। ਬਹੁਤ ਸਾਰੇ ਪੁੱਛਦਾ ਕਿ ਸਰ ਮੇਰੀ ਟੈਨਸ਼ਨ ਹੈ ਕਿ ਮੇਰਾ ਆਹ ਪੇਪਰ ਰਹਿ ਗਿਆ ਇੱਕ ਨੰਬਰ 'ਤੇ ਦੋ ਨੰਬਰ 'ਤੇ, ਕਿ ਅਗਲੇ ਸਾਲ ਮੈਂ ਤਿਆਰੀ ਕਰਾਂ ਜਾਂ ਨਾ ਕਰਾਂ, ਮੈਂ ਬਾਹਰ ਜਾ ਵੜਾਂ ਜਾਂ ਫਲਾਣਾ ਤਿਉਂਕਾ, ਜੋ ਵੀ ਆ, ਉਹਨਾਂ ਦੇ ਵੀ ਸਾਰੇ ਸ਼ੱਕ ਦੂਰ ਕਰਾਂਗੇ। ਕੱਲ੍ਹ ਨੂੰ ਵੀਡੀਓ ਮੈਂ ਪਾਊਂਗਾ। ਬਾਕੀ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਬੈਲ ਆਈਕਨ ਦੇ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨੋਟੀਫਿਕੇਸ਼ਨਸ ਮਿਲ ਸਕਣ, ਮਾਡਰਨ ਹਿਸਟਰੀ, ਹਿਸਟਰੀ, ਮੈਥ, ਰੀਜਨਿੰਗ, ਬਾਕੀ ਸਾਰਾ ਕੁਝ ਆਪਣੇ ਕੋਲ ਆ। ਜੋ ਜੋ ਮੈਂ ਦੱਸਿਆ, ਜਿੱਥੋਂ ਜਿੱਥੋਂ ਦੱਸਿਆ, ਸਾਰਾ ਉੱਥੋਂ ਉੱਥੋਂ ਪੜ੍ਹ ਲਓ। ਅਤੇ ਬਾਕੀ ਆਪਣਾ ਕੋਰਸ ਤਾਂ ਫਿਰ ਮਾਸ਼ਾ ਅੱਲਾ ਕਿਆ ਬਾਤ ਹੈ, ਪਟਵਾਰੀ ਦੇ ਵਿੱਚ ਵੀ ਆਪਣੀ 60+ ਸਿਲੈਕਸ਼ਨ ਹੋਈ ਆ। ਹਜੇ ਮੈਂ ਇਹਨੂੰ ਅਨਾਊਂਸ ਕਰਨਾ ਚਾਹੁੰਦਾ ਨਹੀਂ ਸੀ, ਬਟ ਫਿਰ ਵੀ ਮੈਨੂੰ ਆਇਆ ਕਿ ਆਪਾਂ ਹੌਲੀ ਹੌਲੀ ਅਨਾਊਂਸ ਕਰਾਂਗੇ। ਬਹੁਤ ਚੀਜ਼ਾਂ ਲੈ ਕੇ ਆਊਂਗਾ, ਬਹੁਤ ਵਧੀਆ ਵਧੀਆ ਤਰੀਕੇ ਦੇ ਨਾਲ ਲੈ ਕੇ ਆਊਂਗਾ, ਰਾਈਟ ਆ। ਪਹਿਲਾ ਰੈਂਕ ਵੀ ਆਇਆ ਇੱਕ ਕੈਟਾਗਰੀ ਦੇ ਵਿੱਚ, ਉਸ ਕੈਟਾਗਰੀ ਦਾ ਵੀ ਮੈਂ ਜਲਦੀ ਅਨਾਊਂਸ ਕਰੂੰਗਾ, ਰਾਈਟ ਆ। ਸੋ ਕਹਿਣ ਦਾ ਮਤਲਬ, ਜੇਕਰ ਮਿਹਨਤ ਕੀਤੀ ਤਾਂ ਓਬਵੀਅਸਲੀ ਗੱਲ ਆ ਉਹਦਾ ਸਕਸੈਸ ਆਪਾਂ ਨੂੰ ਮਿਲਦੀ ਹੈ, ਰਾਈਟ ਆ। ਬਾਕੀ ਮੈਂ ਪਹਿਲਾਂ ਇਹਨਾਂ ਚੀਜ਼ਾਂ 'ਤੇ ਬਲੀਵ ਨਹੀਂ ਰੱਖਦਾ ਸੀਗਾ, ਬਟ ਹੁਣ ਅਕੈਡਮੀ ਇੱਕ ਐਸੇ ਪੁਆਇੰਟ 'ਤੇ ਪਹੁੰਚ ਚੁੱਕੀ ਆ ਜਿੱਥੇ ਇਹਨੂੰ ਮਾਰਕੀਟਿੰਗ ਦੀ ਲੋੜ ਹੈ, ਐਂਡ ਉਹ ਮਾਰਕੀਟਿੰਗ ਆਪਾਂ ਹੌਲੀ ਹੌਲੀ ਕਰਨ ਲੱਗਾਂਗੇ। ਬਟ ਮੈਨੂੰ ਨਹੀਂ ਲੱਗਦਾ ਵੀ ਤੁਸੀਂ ਕੋਈ ਕਸਰ ਛੱਡਦੇ ਹੋਗੇ ਵੀਡੀਓ ਦੀ ਸ਼ੇਅਰ ਕਰਨ ਦੇ ਵਿੱਚ, ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ। ਅਤੇ ਆਪਾਂ ਹੋਰ ਨਵੀਂ ਨਵੀਂ ਵੀਡੀਓ 'ਚ ਨਾਲ ਮਿਲਦੇ ਹਾਂ ਇਸੇ ਤਰੀਕੇ ਦੇ ਨਾਲ। ਥੈਂਕ ਯੂ ਵੈਰੀ ਮੱਚ, ਬਾਬਾ ਮਿਹਰ ਕਰੇ। ਬਾਏ ਬਾਏ, ਟੇਕ ਕੇਅਰ।